श्रीनानक पद पङ्कज बन्दन पद पङ्कज बन्दन सिमरो ਗੁਰਿਆਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਰੀ ਅਦ ਜੁਨ ਬਿਗਨਨ ਕੀ ਨਾਸ਼ਕ ਬਿਗਨਨ ਕੀ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੋਭ ਸੁਮਤ ਪਰਕਾਰਸ਼ਕ ਸ੍ਰੀ ਹਾਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਮਾਉ ਬਹੁ ਦੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾਤ ਹਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਦ जगदीशा ਜਿਸਮੈ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੂਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੂਈ ਨਿਰਜਜ ਡੇਰੇ ਮੈਂ ਵਿਸਰਾਮੇ ਕਾਇਲਸਵਟ ਕੇਤਲੇ ਸਾਰ ਸਾ ਪਰ ਸੇਵਕ ਸੇਵਾ ਕਰੇ ਹਿਤ ਕਰੇ ਸਪੁਰਦ ਭਲੇ ਪ੍ਰਤੀਪਾਰ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਧੰਤਾ ਦੇ ਯੋਗ ਹੋ ਜੋ ਕਿ ਸਹਿਬਾਂ ਦੀ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਪਲਾਂ ਨੂੰ ਸਮੇਂ ਨੂੰ ਸਫਲਾ ਕਰਨ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਸੁਦਰ ਬਾਣੀ ਦੇ ਪਾਠ ਸਰਵਨ ਕੀਤੇ ਹਨ ਸੋ ਆਓ ਸਮਾਯਾ ਹੈ ਗੁਰ ਇਤਿਹਾਸੀ ਕਥਾ ਦਾ ਬਾਬਾ ਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕ ਅਨੁਸਾਰ ਗੁਰ ਇਤਿਹਾਸੀ ਕਥਾ ਦੇ ਨਾਲ ਜੁੜਨ ਦਾ ਯਤਨ ਕਰਿਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਬਖਸ਼ੋ ਅਸੀਸ ਪਾਓ ਗੁਰ ਫਤੀ ਨਾਲ ਸਾਂਝ ਪਿਆਰ ਦੇ ਨਾਲ ਆਖੋ ਜੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਜ ਨੇ ਜੇ ਡੇਰੇ ਮੈਂ ਇਸ ਵਿਸਰਾਮੇ ਕਾਇਲ ਸਬਟ ਕੇਤਕਲੇ ਸਾਰ ਆਪ ਜੀ ਨੇ ਪਿਛਲੀਆਂ ਦੀਵਾਨਾਂ ਦੇ ਵਿੱਚ ਸਰਵਨ ਕੀਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁਗਲਾਂ ਦੇ ਨਾਲ ਜਿਹੜੀ ਤੀਸਰੀ ਜੰਗ ਸੀ ਜਿੱਤ ਲਈ ਹੈ ਨਥਾਣੀ ਦੀ ਜੰਗ ਵੀ ਬੋਲਿਆ ਗਿਆ ਹੈ ਇਹਨੂੰ ਮਹਾਰਾਜ ਦੀ ਲੜਾਈ ਵੀ ਕਿਹਾ ਜਾਂਦਾ ਹੈ ਤੀਸਰੀ ਜੰਗ ਸਤਗੁਰਾਂ ਨੇ ਜਿੱਤ ਲਈ ਹੈ ਔਰ ਜਿਹੜੀ ਫੌਜ ਆਈ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਗੁਰਾਂ ਦੀ ਸਿੱਖਾਂ ਨੇ ਖਤਮ ਕਰ ਦਿੱਤੀ ਮੁਗਲਾਂ ਦੀ ਫੌਜ ਲੱਲਾ ਬੇਗਮਾਰ ਦਿੱਤਾ ਗਿਆ ਜਿਹੜਾ ਮੁਖੀ ਸੀ ਹੁਣ ਜਦੋਂ ਜਿੱਤ ਦਾ ਨਗਾਰਾ ਵੱਜਿਆ ਤੇ ਮਹਾਰਾਜ ਸਚਿਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਵੀ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਦੀ ਸਾਰ ਸੰਭਾਲ ਕਰੋ ਸਿੱਖਾਂ ਨੇ ਜ਼ਖਮੀਆਂ ਦੀ ਸਾਰ ਸੰਭਾਲ ਕੀਤੀ ਮਲਮ ਪੱਟੀ ਹੋਈ ਹੈ ਕਵੀ ਜੀ ਲਿਖਦੇ ਨੇ ਵੀ ਹੁਣ ਜਿਹੜੇ ਸਿਪਾਈ ਸਨ ਆਪਣੇ ਆਪਣੇ ਡੇਰੇ ਵਿੱਚ ਚਲੇ ਗਏ ਹਨ ਤੇ ਜਿਹੜੇ ਜ਼ਖਮੀ ਸਿੱਖ ਸਨ ਉਹਨਾਂ ਦੀ ਸਾਰ ਸੰਭਾਲ ਕੀਤੀ ਜਾ ਰਹੀ ਹੈ ਸਭ ਪਰ ਸੇਵਕ ਸੇਵਕ ਕੇ ਹਿਤ ਕਰੇ سپਰਦ ਭਲੇ ਪ੍ਰਤੀਪਾਰ ਤੇ ਜਿਹੜੇ ਜ਼ਖਮੀ ਸਨ ਉਹਨਾਂ ਸਿੱਖਾਂ ਦੀ ਸੇਵਾ ਦੇ ਉੱਤੇ ਸੇਵਕ ਲਾ ਦਿੱਤੇ ਹਨ ਜਿਹੜੇ ਸੇਵਕ ਨੇ ਉਹਨਾਂ ਦੀ ਸਿੱਖਾਂ ਦੀ ਸੇਵਾ ਕਰਦੇ ਹਨ ਜੋਧ ਰਾਏ ਕੋ ਨਿਕਟ ਹਕਾਰਿਓ ਤਨ ਮਹਿ ਛਦ ਤੇ ਭਿਓ ਸਮਾਰ ਹੁਣ ਜਿਹੜਾ ਜੋਧ ਰਾਏ ਸੀ ਸਤਗੁਰਾਂ ਦਾ ਸਿੱਖ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕੋਲ ਬੁਲਾਇਆ ਤੇ ਵੇਖਿਆ ਵੀ ਉਹਦੇ ਸਰੀਰ ਦੇ ਉੱਤੇ ਬੜੇ ਫੱਟ ਲੱਗੇ ਸਨ ਬੜੇ ਜ਼ਖਮ ਹੋਏ ਸਨ ਕਿਰਪਾ ਨਿਦਾਨ ਕਿਰਪਾ ਕਰ ਦੇਖਿਓ ਹਾਥ स्पर्ਸ਼ਨ ਕਰਿ ਉਧਾਰ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦਾ ਸਪਰਸ਼ ਕੀਤਾ ਹੈ ਸਤਗੁਰਾਂ ਨੇ ਕੀ ਕੀਤਾ ਹੱਥ ਦਾ ਸਪਰਸ਼ ਕਰਕੇ ਦੇ ਦੇਖਣਾ ਕੀਤਾ ਹੈ ਕਿ ਕਿਤਨੇ ਕੋ ਜ਼ਖਮ ਹਨ ਜਹ ਜਹ ਘਾਵ ਅਲਕੈ ਦੀਰਗ ਸਭ ਕੀ ਪੀਰ ਹਰੀ ਗੁਰ ਪੀਰ ਹੁਣ ਜਦੋਂ ਸਤਿਗੁਰਾਂ ਨੇ ਵੇਖਿਆ ਜ਼ਖਮਾਂ ਨੂੰ ਸਪਰਸ਼ ਕੀਤਾ ਹੈ ਗੁਰੂ ਦੇ ਵੇਖਣ ਨਾਲ ਸਪਰਸ਼ ਕਰਨ ਦੇ ਨਾਲ ਜੋਧ ਰਾਏ ਨੇ ਬੜਾ ਆਨੰਦ ਮਹਿਸੂਸ ਕੀਤਾ ਹੈ ਉਹਨਾਂ ਜ਼ਖਮਾਂ ਦੀ ਜਿਹੜੀ ਪੀੜ ਸੀ ਸਾਰੀ ਭੁੱਲ ਗਈ ਹੈ। ਇਹਦੀ ਚੰਦਰ ਜਾਤੀ ਮਲਕ ਜੋ ਸਪਰ ਦ੍ਰਿਸ਼ਟਾਰ ਸੁਖ ਧੀਰ। ਤੇ ਜਿਹੜਾ ਵਿਦੀ ਚੰਦ ਸੀ ਜਿਹੜਾ ਜਾਤੀ ਮਲਕ ਸੀ ਸਤਿਗੁਰਾਂ ਨੇ ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮੇਰ ਦੀ ਨਿਗਾ ਨਾਲ ਵੇਖਿਆ ਹੈ। ਨਹੀਂ ਸ਼ਦਨ ਕੋ ਕਸ਼ਟ ਰਿਓ ਕਿਸ ਕੇਤਕ ਦਿਨਹ ਮੈਂ ਸ਼ੁਧ ਸਰੀਰ। ਗੁਰੂ ਦੇ ਦੇਖਣ ਦੇ ਨਾਲ ਮੇਰ ਦੀ ਨਿਗਾ ਦੇ ਨਾਲ ਸਾਰਿਆਂ ਨੇ ਬੜਾ ਆਨੰਦ ਮਹਿਸੂਸ ਕੀਤਾ। ਜਦੋਂ ਵੇਖਿਆ ਵੀ ਸਾਡਾ ਗੁਰੂ ਖੁਸ਼ ਹੈ। ਗੁਰਸਿੱਖਾਂ ਕੇ ਮਨ ਭਾਵਨ ਦੀ ਗੁਰ ਸਤਗੁਰ ਕੀ ਵਡਿਆਈ ਹੁਣ ਜਦੂ ਗੁਰੂ ਸਾਹਿਬ ਖੁਸ਼ ਨੇ ਸਿੱਖਾਂ ਨੂੰ ਜ਼ਖਮਾਂ ਦੀ ਪੀੜ ਭੁੱਲ ਗਈ ਹੈ ਕਵੀ ਜੀ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਸਾਰੇ ਸਿੱਖਾਂ ਦਾ ਜਿਹੜਾ ਸਰੀਰ ਹੈ ਇਹ ਠੀਕ ਹੋ ਜਾਣਾ ਹੈ ਥਾਨ ਪਾਨ ਕਰਸ ਬਿਸਰਾਮੇ ਕੋਰਨ ਕੋ ਦੇ ਕਰ ਤਿਤ ਨੀਰ ਤੇ ਹੁਣ ਇੱਥੇ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ ਘੋੜਿਆਂ ਨੂੰ ਪਾਣੀ ਪਿਆਇਆ ਘੋੜਿਆਂ ਨੂੰ ਦਾਣਾ ਪਾਇਆ ਹੈ ਸ਼ਸਤਰ ਡਾਰ ਕਰ ਕਾਇਰ ਆਏ ਜਲ ਤਲਾਇਓ ਤੇ ਪਾਨ ਕਰਨਤ ਹੁਣ ਜਿਹੜੇ ਮੁਗਲ ਸਿਪਾਈ ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਸਨ ਜਿਨ੍ਹਾਂ ਨੇ ਸਰੰਡਰ ਕਰ ਦਿੱਤਾ ਸੀ ਉਹ ਆਪਣੇ ਹਥਿਆਰ ਸੁੱਟ ਕੇ ਆਏ ਹਨ ਤਲਾਬ ਦੇ ਉੱਤੇ ਸਤਗੁਰਾਂ ਦਾ ਕਬਜਾ ਸੀ ਤੇ ਉਹ ਪਾਣੀ ਪੀਣ ਵਾਸਤੇ ਆਏ ਹਨ ਹਸਨ ਖਾਨ ਦੂਤ ਸੋ ਮਿਲ ਕਰ ਗੁਰਦਲ ਵਿਖੇਰ ਹੈ ਚਵੰਤ ਤੇ ਜਿਹੜਾ ਹਸਨ ਖਾਨ ਦੂਤ ਸੀ ਜਿਹੜਾ ਪਹਿਲਾਂ ਮੁਗਲਾਂ ਦਾ ਦੂਤ ਸੀ ਮੁੜ ਕੇ ਸਤਪੁਰਾਂ ਦਾ ਸਿੱਖ ਬਣ ਗਿਆ ਸੀ ਜਿਹੜੇ ਮੁਗਲ ਸਿਪਾਈ ਉਹਦੇ ਨਾਲ ਮਿਲ ਕੇ ਆਏ ਨੇ ਉਹ ਸ਼ਰਨ ਦੇ ਵਿੱਚ ਲੈ ਕੇ ਆਇਆ ਹੈ ਤੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰਬਿਰਧ ਸਵਾਮੀ ਸੰਧਾ ਜਿਹੜੇ ਗੁਰੂ ਕੇ ਸਿੱਖਾਂ ਦੀ ਸ਼ਰਨ ਵਿੱਚ ਆ ਗਏ ਸਿੱਖਾਂ ਨੇ ਉਹਨਾਂ ਮੁਗਲਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੂੰ ਸਭ ਨੂੰ ਲੰਗਰ ਸ਼ਿਕਾਇਆ ਹੈ ਕਿਉਂਕਿ ਲੜਾਈ ਮੁੱਕ ਗਈ ਹੁਣ ਪਤਾ ਹੈ ਨਿਹੱਥੇ ਉਤੇ ਵਾਰ ਨਹੀਂ ਕਰਨਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਸ੍ਰੀ ਹਰਿ ਗੋਬਿੰਦ ਨਰਗਨ ਭੇਜੇ ਜੈ ਜੇਠੇ ਕੀ ਲੋ ਤਿਖੰਤ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਭੇਜਿਆ ਹੈ ਵੀ ਜਾਓ ਜਿਹੜੇ ਸਾਡੇ ਗੁਰਸਿੱਖ ਨੇ ਭਾਈ ਜੇਠੇ ਵਰਗੇ ਉਹਨਾਂ ਦੀ ਲੋਥ ਪਤਾ ਕਰਨਾ ਕਰੋ ਜਿਸ ਤੇ ਆਦ ਪਰ ਸਿੱਖ ਜੋਦਾ ਮਰੇ ਪਰੇ ਲੜ ਕੇ ਬਲਵੰਤ ਮਹਾਰਾਜ ਕਹਿੰਦੇ ਹੋਰ ਜਿਹੜੇ ਯੋਧੇ ਸਿੱਖ ਨੇ ਜਿਹੜੇ ਤਾਕਤ ਵਰਸਨ ਜਿਹੜੇ ਲੜ ਕੇ ਸ਼ਹੀਦ ਹੋਏ ਹਨ ਸਭ ਇਕੱਠੇ ਕਰਦਾਹ ਦੇਹ ਤਿਨ ਕਰਿਓ ਪਸ਼ਮ ਗਨ ਕਾਸ਼ਟ ਪਾਏ ਮਹਾਰਾਜ ਕਹਿੰਦੇ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਦਾ ਸੰਸਕਾਰ ਕਰਨਾ ਹੈ ਲੱਕੜਾਂ ਇਕੱਠੀਆਂ ਕਰ ਲਓ ਲਾਗੀ ਹੀ ਜੰਗਲ ਸੀ ਤੇ ਸਤਗੁਰੂ ਕਹਿੰਦੇ ਸਾਰਿਆਂ ਦਾ ਇਕੱਠਿਆਂ ਸੰਸਕਾਰ ਕਰਨਾ ਹੈ। ਦਰਖਨੋ ਇੱਕ ਦੀਦਗ ਨੀਕੋ ਜਿਸ ਮੈਂ ਤੁਰਕ ਪਰੇਸਮੁਦਾਏ। ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਮੁਗਲਾਂ ਨੂੰ ਦਫ਼ਨ ਕਰਨਾ ਹੈ ਕਿਉਂਕਿ ਇਹਨਾਂ ਦਾ ਧਰਮ ਇਸਲਾਮ ਹੈ। ਤੇ ਇਸਲਾਮ ਦੇ ਮੁਤਾਬਕ ਦਫ਼ਨ ਕੀਤਾ ਜਾਂਦਾ। ਹੁਣ ਸਤਗੁਰਾਂ ਨੇ ਉਹਨਾਂ ਦੇ ਮਸਜਬ ਦੇ ਜਿਹੜੇ ਨਿਯਮ ਸੰਕਾਇ ਦੇ ਕਾਨੂੰਨ ਸਨ ਉਹਨਾਂ ਦਾ ਖਿਆਲ ਰੱਖਿਆ ਹੈ। ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਦਫ਼ਨ ਕਰਨਾ ਹੈ। ਇਹਨਾਂ ਦੇ ਵਾਸਤੇ ਇੱਕ ਵੱਡਾ ਸਾਰਾ ਟੋਇਆ ਪੁੱਟ ਦੋ। ਜਿਸ ਦੇ ਵਿੱਚ ਸਾਰਿਆਂ ਨੂੰ ਦਫਨ ਕੀਤਾ ਜਾਵੇਗਾ ਸਭਨ ਉਠਾਏ ਸੰਪੂਰਨ ਕਰਿਐ ਸ਼ਸਤਰ ਵਸਤਰ ਕੇ ਸੈ ਸੁਲਿਹਾਏ ਮਹਾਰਾਜ ਕਹਿੰਦੇ ਸਾਰਿਆਂ ਨੂੰ ਸ਼ਸਤਰਾਂ ਵਸਤਰਾਂ ਦੇ ਨਾਲ ਲੈ ਕੇ ਆਣਾ ਜਿਹੜੇ ਉਹਨਾਂ ਦੇ ਹਥਿਆਰ ਨੇ ਹਥਿਆਰਾਂ ਦੇ ਸਮੇਤ ਹੀ ਉਹਨਾਂ ਨੂੰ ਦਫਨ ਕਰਨਾ ਹੈ ਵੀਰ ਪੰਚ ਉਮਰਾਵ ਸੰਘਾਰੇ ਤਿਨ ਕੋ ਉਪਰ ਧਰੋ ਬਨਾਏ ਮਹਾਰਾਜ ਕਹਿੰਦੇ ਵੀ ਜਿਹੜੇ ਸਾਰੇ ਵੀਰ ਜਿਹੜੇ ਵੀ ਅਹਿਲਕਰ ਅਫੀਸ਼ਲ ਮਰੇ ਹਨ ਸਾਰਿਆਂ ਨੂੰ ਦਫਨ ਕਰਕੇ ਉੱਤੇ ਇੱਕ ਮਿੱਟੀ ਦਾ ਥੜਾ ਬਣਾਉਣਾ ਹੈ ਜਿਸ ਪਰ ਆਦਿਕ ਮਿੱਤਰਤਾ ਡਾਰੋ ਕਰੋ ਸੰਡਲ ਕੇਤਕਤੰਗ ਤੇ ਵੱਡਾ ਸਾਰਾ ਇੱਕ ਜਦੋਂ ਮਿੱਟੀ ਨਾਲ ਉਹਨੂੰ ਪੂਰ ਦਿੱਤਾ ਗਿਆ ਉਹਦੇ ਉੱਤੇ ਬੈਠਣ ਵਾਸਤੇ ਇੱਕ ਥੜਾ ਬਣਾਉਣਾ ਹੈ ਇੱਕ ਸਮ ਬੈਠ ਨਹਿਤ ਬਣਾਓ ਬਿਲਮ ਨਾ ਕਰੋ ਸ਼ੀਗਰਤਾ ਸੰਗ ਸਹਿਬ ਕਹਿੰਦੇ ਵੀ ਇਹਦੇ ਵਿੱਚ ਦੇਰੀ ਨਹੀਂ ਕਰਨੀ ਇਹ ਜਿਹੜਾ ਕੰਮ ਹੈ ਛੇਤੀ ਨਾਲ ਕਰਨਾ ਹੈ ਸੁਨ ਕਰ ਨਰ ਗਨ ਗੁਰੂ ਹੁਕਮ ਕੋ ਜਾਇ ਚ ਨਾਰ ਕੀਨ ਪਟ ਅੰਗ ਹੁਣ ਗੁਰੂ ਕੇ ਸਿੱਖਾਂ ਨੇ ਪਹਿਲਾਂ ਕੀ ਕੀਤਾ ਪਹਿਲਾਂ ਸਿੱਖਾਂ ਦਾ ਸੰਸਕਾਰ ਕੀਤਾ ਜਿਹੜੇ ਸ਼ਹੀਦ ਸਿੱਖ ਸਨ ਉਨ੍ਹਾਂ ਦਾ ਸੰਸਕਾਰ ਕੀਤਾ ਹੈ ਜੇਠੇ ਆਜਿਕ ਲੈ ਜਬ ਸਭ ਸਤੰਬੇ ਜੋ ਰਣਖੇਤ ਗਰੇ ਤਨ ਭੰਗ ਭਾਈ ਜੇਠੇ ਵਰਗੇ ਜਿਹੜੇ ਸ਼ਹੀਦ ਸਿੱਖ ਹੋਏ ਸਨ ਸੰਸਕਾਰ ਹੋਇਆ ਹੈ ਜਿਨ੍ਹਾਂ ਦੇ ਅੰਗ ਉਸ ਮੈਦਾਨੀ ਡੰਗ ਦੇ ਵਿੱਚ ਗਰੇ ਸਨ ਨਾਰਗਨ ਲਗੇ ਗਰਤ ਕੋ ਖੋਦਨ ਜੇਤਕ ਤੁਰਕ ਬਚੇ ਸਮੁਦਾਏ ਤੇ ਜਿਹੜੇ ਹੁਣ ਬਾਕੀ ਤੁਰਕ ਬਚੇ ਸਨ ਸੋਕ ਸਿਪਾਈ ਬਚਿਆ ਸੀ ਉਹ ਵੱਡਾ ਸਾਰਾ ਖੱਡਾ ਪੁੱਟਣ ਲੱਗੇ ਨੇ ਬਾਕੀ ਜਿਹੜੇ ਲੋਕ ਸਨ ਹੋਰ ਜਿਹੜੇ ਸ਼ਰਧਾਲੂ ਸਨ ਉਹ ਵੱਡਾ ਸਾਰਾ ਖੱਡਾ ਪੁੱਟ ਰਹੇ ਹਨ। ਸਭ ਹਿੰਕੋ ਕਰਿਓ ਮਿਤ੍ਰਕ ਜੇ ਸ਼ਸਤਰ ਵਸਤਰ ਕੇਸ ਐਸੂ ਲਿਆਏ। ਤੇ ਹੁਣ ਉਸ ਵੱਡੇ ਸਾਰੇ ਖੱਡੇ ਦੇ ਵਿੱਚ ਬਹੁਤ ਵੱਡਾ ਖੱਡਾ ਸੀ ਦਫਨ ਕਰਨਾ ਹੈ। ਸ਼ਸਤਰਾਂ ਦੇ ਨਾਲ ਵਸਤਰਾਂ ਦੇ ਨਾਲ ਭਾਵ ਉਹਨਾਂ ਦੇ ਸ਼ਸਤਰ ਵੀ ਨਾਲ ਹੀ ਦਫਨ ਹੋਣਗੇ। ਹੰਗੀਕਾਰ ਨਾ ਕਰੋ ਵਸਤਰ ਕਛ ਸਭ ਹੀ ਪਾਏ ਦੇਸ ਥਾਏ। ਤੇ ਸਹਿਬ ਨੇ ਕਿਹਾ ਕਿ ਕੋਈ ਵੀ ਲੁੱਟ ਖੋਹ ਨਹੀਂ ਕਰਨੀ ਭਾਵ ਜੀ ਕਿਸੇ ਦੀ ਜੇਬ ਦੇ ਵਿੱਚ ਪੈਸਾ ਹੋਏ ਕਿਸੇ ਕੋਲ ਚੰਗੀ ਤਲਵਾਰ ਹੋਏ ਕਿਸੇ ਦੇ ਗੱਲ ਦਾ ਹਾਰ ਹੋਏ ਇਹ ਨਹੀਂ ਲਾਲਚ ਵਸ ਹੋ ਕੇ ਹਾਰ ਲਾ ਲਿਆ ਪੈਸੇ ਕੱਢ ਲੇ ਜਿੱਦਾਂ ਦਾ ਪਿਆ ਹੈ ਚਾਕੇ ਦਫਨ ਕਰ ਦੇਣਾ ਹੈ ਕੋਈ ਵੀ ਚੀਜ਼ੀ ਉਹਨਾਂ ਤੋਂ ਗ੍ਰਹਿਣ ਨਹੀਂ ਕਰਨੀ ਹੈ ਕਰ ਲਗੇ ਕਰਨ ਵਿੱਚ ਤੈਸੀ ਜਾਏ ਖੇਤੇ ਲਿਆਏ ਉਚਾਏ ਤੇ ਜਿਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਸੀ ਉਸੇ ਤਿਹਾਰਾ ਕਰਨ ਲੱਗੇ ਹਨ ਭਾਵ ਜਿਹੜਾ ਖੇਤ ਸੀ ਭਾਵ ਜੰਗ ਦਾ ਮੈਦਾਨ ਸੀ ਮੈਦਾਨ ਤੂੰ ਛੱਕ ਕੇ ਤੇ ਖੱਡੇ ਦੇ ਵਿੱਚ ਦਫਨ ਕਰ ਰਹੇ ਹਨ ਮਰੇ ਤੁਰਕ ਜੇ ਪਰੇ ਰਹੇ ਲੜਨ ਸਭਨ ਨੂੰ ਉਠਾਏ ਗਰਤ ਦੇ ਪਾਏ ਜਿੰਨੇ ਵੀ ਤੁਰਕ ਮਰੇ ਹੋਏ ਸਨ ਸਾਰਿਆਂ ਨੂੰ ਦਫਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਕਨੇ ਸੇਖ ਰਾਹਿਕ ਲਾਗੇ ਅਪਰ ਤਮਾਸ਼ਵੀਨ ਜੇ ਆਏ ਜਿਹੜੇ ਪਿੰਡਾਂ ਦੇ ਜ਼ਿਮੀਦਾਰ ਸਨ ਕਿਸਾਨ ਸਨ ਤੇ ਸਿੱਖ ਸਨ ਸਾਰੇ ਲੱਗੇ ਨੇ ਪਰ ਕਵੀ ਜੀ ਕਹਿੰਦੇ ਕੁਝ ਤਮਾਸ਼ੀਨ ਨੇ ਭਾਵ ਤਮਾਸ਼ਾ ਖੜ ਕੇ ਵੇਖਣ ਵਾਲੇ ਕਰਨਾ ਕੁਝ ਨਹੀਂ ਵੇਖਦੇ ਪਏ ਨੇ ਵੇਖ ਕੇ ਸਵਾਦ ਲੈ ਰਹੇ ਨੇ ਵੀ ਦਫਨ ਕੀਤਾ ਜਾ ਰਿਹਾ ਹੈ ਗੁਰੂ ਹੁਗਮ ਕੋ ਮਾਨ ਮਾਨ ਕਰ ਲੋਥ ਠਟਾਏ ਕਸੀਟਤ ਲਿਆਏ ਗੁਰੂ ਦਾ ਹੁਕਮ ਮੰਨ ਕੇ ਕੋਈ ਕੱਲਾ ਹੀ ਲੋਥ ਨੂੰ ਕਸੀੜ ਕੇ ਟੋਏ ਦੇ ਵਿੱਚ ਪਾ ਦਿੰਦਾ ਹੈ ਸ਼ਾਸਤਰ ਵਸਤਰ ਕੇਸਿਆ ਸੁਗੀ ਰਹੇ ਪੂਰਨ ਕਰਿਓ ਤੁਰਤ ਸਮੁਦਾਏ ਤੇ ਬਸਰਾਂ ਦੇ ਨਾਲ ਕੱਪੜਿਆਂ ਦੇ ਨਾਲ ਦਫਨ ਕੀਤਾ ਗਿਆ ਹੈ ਇਹ ਕੰਮ ਚੱਲਦਾ ਰਿਹਾ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਸ਼ਿਗਰ ਕਮ ਛੇਤੀ ਹੋ ਗਿਆ ਹੈ। ਕੋ ਲਿਆਵਤ ਕੋ ਧਾਵਤ ਜਾਵਤ ਪੈ ਅਨੰਦਤ ਜੈ ਗੁਰਜਾਨ। ਇੱਕ ਲੈ ਕੇ ਆ ਰਿਹਾ ਲੋਥ ਨੂੰ ਦੂਸਰਾ ਵੀ ਲੈਣ ਜਾ ਰਿਹਾ ਹੈ ਸਾਰੇ ਅਨੰਦਤ ਨੇ ਕਿਉਂਕਿ ਗੁਰੂ ਸਾਹਿਬ ਦੀ ਜਿੱਤ ਹੋਈ ਹੈ। ਗਨ ਤੁਰਕਾਂ ਦਹਾਨ ਕਰ ਪ੍ਰਾਨਨ ਅਚਰਜ ਸਭ ਕੇ ਪਿਓ ਮਹਾਨ। ਕਿਉਂਕਿ ਤੁਰਖਾਂ ਦਾ ਹਾਨ ਕੀਤਾ ਸੀ ਤੇ ਬੜਾ ਅਚੰਭਵਰਤਿਆ ਸੀ ਵੀ ਗਿਣਤੀ ਦੀ ਫੌਜ ਨੇ 35000 ਦੀ ਮੁਗਲਾਂ ਦੀ ਫੌਜ ਨੂੰ ਕਿਵੇਂ ਧੂੜ ਚਟਾਈ ਹੈ ਭਾਵ ਕਿਦਾਂ ਹਰਾਇਆ ਹੈ ਜੈ ਜੈ ਸੁਨਤ ਭੇਖਨ ਹਿਤ ਧਾਏ ਭਇਓ ਸਮੂਹ ਨਰਨ ਕੋ ਆਨ ਤੇ ਜਿੱਥੇ ਜਿੱਥੇ ਵੀ ਸਿੱਖ ਸੁਣਦੇ ਸਨ ਲੋਕ ਸੁਣਦੇ ਸਨ ਵੀ ਸਤਿਗੁਰਾਂ ਦੀ ਜਿੱਤ ਹੋਈ ਹੈ ਤੇ ਦੇਖਣ ਵਾਸਤੇ ਦੌੜ ਕੇ ਆ ਰਹੇ ਹਨ ਗਰਤ ਪੂਰ ਕਰ ਉਪਰ ਧਰ ਕਰ ਪੁਨ ਅਨਰਾਬ ਲਿਆਏ ਤਿਥਥਾਨ ਗਰਤ ਪੂਰ ਕਰ ਉਪਰ ਤਰ ਕਰ ਹੁਣ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਵੱਡਾ ਸਾਰਾ ਟੋਇਆ ਪੂਰ ਦੇਣਾ ਹੈ ਉਹਦੇ ਉੱਤੇ ਕਮੇਟੀ ਦਾ ਥੜਾ ਬਣਾਉਣਾ ਹੈ ਇੱਕ ਮਹਾਰਾਜ ਕੋ ਸਿੱਖ ਹੋ ਤੋ ਵਿੱਚ ਕੰਬਰ ਵੇਗ ਲੋਥ ਕੋ ਦੇਖ ਹੁਣ ਜਦੋਂ ਇਹ ਕੰਮ ਹੋ ਰਿਹਾ ਸੀ ਭਾਵ ਲੋਥਾਂ ਨੂੰ ਦਫਨ ਕੀਤਾ ਜਾ ਰਿਹਾ ਸੀ ਮਹਾਰਾਜ ਪਿੰਡ ਹੈ ਅੱਜ ਵੀ ਉਹ ਪਿੰਡ ਵੱਸਦਾ ਹੈ ਬਹੁਤ ਵੱਡਾ ਪਿੰਡ ਹੈ ਮਹਾਰਾਜ ਬਿਠਿੰਡੇ ਦੇ ਵਿੱਚ ਮਾਲਵੇ ਦਾ ਪਿੰਡ ਹੈ ਮਹਾਰਾਜ ਦਾ ਇੱਕ ਸਿੱਖ ਸੀ ਜਿਹੜਾ ਕੰਬਰ ਵੇਗ ਸੀ ਅਹਲਕਾਰ ਅਫੀਸ਼ਲ ਉਹਦੀ ਲੋਥ ਨੂੰ ਵੇਖਿਆ ਉਹਦੇ ਮਰਤਕ ਸਰੀਰ ਨੂੰ ਉਹਨੇ ਵੇਖਿਆ ਹੈ ਮੋਸਤਗਹੀ ਤਰਵਾਰ ਨਗਰ ਕੀ ਜਿਸਕੀ ਕੀਮਤ ਹੁਦੀ ਬਸੇਖ ਉਹਦੀ ਜਦੂ ਲੋਥ ਨੂੰ ਦਫਨ ਕੀਤਾ ਜਾ ਰਿਹਾ ਸੀ ਉਹਦੇ ਹੱਥ ਵਿੱਚ ਬੜੀ ਸੋਹਣੀ ਕੀਮਤੀ ਤਲਵਾਰ ਸੀ ਜਿਨੂੰ ਨਗ ਜੜੇ ਹੋਏ ਸਨ ਹਰ ਫਲਾਦ ਕੀ ਘੜੀ ਬਲਾਇਤ ਬਹੁ ਸੁੰਦਰ ਕੋ ਤਿਸਨੇ ਵੇਖ ਫੁਲਾਦ ਦਾ ਲੋਹਾ ਸੀ ਵਿਦੇਸ਼ੀ ਉਹ ਤਲਵਾਰ ਸੀ ਤੇ ਬੜੀ ਸੋਹਣੀ ਸੀ ਸੋਲੇ ਕਰ ਕਿਸ ਥਾਨ ਦਰਾਈ ਜਿਸ ਥਲ ਕੋਈ ਨਾ ਸਕੇ ਪ੍ਰੇਖ ਉਹਨੇ ਕੀ ਕੀਤਾ ਵੀ ਕੰਬਰ ਬੇਗ ਦੀ ਮੁੱਠ ਦੇ ਵਿੱਚ ਸੀ ਉਹ ਤਲਵਾਰ ਉਹਨੇ ਅੱਖ ਬਚਾ ਕੇ ਤਲਵਾਰ ਚੋਰੀ ਕਰ ਲਈ ਸਾਬ ਨੇ ਕਿਹਾ ਸੀ ਵੀ ਕਿਸੇ ਦਾ ਸ਼ਸਤਰ ਚੋਰੀ ਨਹੀਂ ਕਰਨਾ ਭਾਵ ਜਿੱਦਾਂ ਦਾ ਹੈ ਸ਼ਸਤਰਾਂ ਦੇ ਨਾਲ ਹੀ ਦਫਨ ਕਰ ਦੇਣਾ ਪਰ ਇਹਨੇ ਕੀ ਕੀਤਾ ਅੱਖ ਬਚਾ ਕੇ ਵੇਖਿਆ ਬੜੀ ਮਹਿੰਗੀ ਤਲਵਾਰ ਹੈ ਸੋਹਣੀ ਤਲਵਾਰ ਹੈ ਇਹਨੇ ਕੰਬਰ ਬੇਗ ਦੇ ਹੱਥ ਤੋਂ ਛੁਟਾਈ ਖੋਈ ਹੈ ਤਿਲ ਕੋ ਲਈ ਹੈ ਗੁਰਪੈ ਧਾਰਿ ਛਪਾਵਨ ਕੀਨਸ ਮਹਾਂ ਲੋਭ ਔਰ ਪਿਖ ਤਲਵਾਰ ਤੇ ਗੁਰੂ ਦਾ ਡਰ ਸੀ ਵੀ ਜੇ ਸਤਗੁਰਾਂ ਨੇ ਸਾਹਮਣੇ ਵੇਖ ਲਿਆ ਤੇ ਖੋ ਨਾ ਲੈਣ ਹੁਣ ਉਹ ਲਾਸ਼ ਤੂੰ ਜਦੋਂ ਇਨੇ ਤਲਵਾਰ ਖੋਈ ਲਕੋਲੀ ਹੈ ਹਿਰਦੇ ਵਿੱਚ ਲਾਲਚ ਪੈਦਾ ਹੋਇਆ ਹੈ ਅਪਰਨਾ ਕਿਨਹੁ ਤੈ ਕੁਛ ਲੀਨਸ ਪਾਏ ਗਰਤ ਮੈਂ ਕਈ ਹਜ਼ਾਰ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੋਏ ਦੇ ਵਿੱਚ ਮੁਗਲਾਂ ਨੂੰ ਦਫ਼ਨ ਕੀਤਾ ਜਾ ਰਿਹਾ ਹੋਰ ਕਿਸੇ ਸਿੱਖ ਨੇ ਕੁਝ ਨਹੀਂ ਲਿਆ ਪਰ ਇਹਨੇ ਤਲਵਾਰ ਖੋਈ ਹੁਣ ਪਤਾ ਤੇ ਲੱਗ ਜਾਣਾ ਸੀ ਸਹਿਬ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਮਿੱਤਰ ਕਾ ਪਾਏ ਮਿੱਤਰ ਕ ਕਨ ਉਪਰ ਕਰਿਓ ਸੰਡਲ ਤੁਗ ਸੰਭਾਰ ਹੁਣ ਜਤੂਪੂਰ ਦਿੱਤਾ ਗਿਆ ਹੈ ਟੋਇਆਪੂਰ ਦਿੱਤਾ ਗਿਆ ਇੱਕ ਮਿੱਟੀ ਦਾ ਉਤੇ ਥੜਾ ਬਣਾਇਆ ਹੈ ਸਭ ਬਨਾਏ ਕਰ ਸਤਗੁਰ ਕੇ ਢਿਗ ਕਰਿਓ ਜਾਇ ਕਰ ਬਨਿਓ ਸੁਤਿਆਰ ਮਹਾਰਾਜ ਸਤੀ ਪਾਤਸ਼ਾਹ ਨੂੰ ਜਾ ਕੇ ਸਿੱਖ ਕਹਿੰਦੇ ਸਤਗੁਰੂ ਸਿੱਖਾਂ ਦਾ ਸੰਸਕਾਰ ਕਰ ਦਿੱਤਾ ਹੈ ਜਿਹੜੇ ਸ਼ਹੀਦ ਹੋਏ ਜਿਹੜੇ ਮੁਗਲ ਮਰੇ ਹਨ ਉਹਨਾਂ ਨੂੰ ਦਫਨ ਕਰਕੇ ਉੱਤੇ ਉੱਚਾ ਸਾਰਾ ਇੱਕ ਟਿੱਬਾ ਥੜਾ ਬਣਾ ਦਿੱਤਾ ਗਿਆ ਹੈ। ਸ੍ਰੀ ਹਰਿ ਗੋਬਿੰਦ ਸੋਚ ਕਰੀ ਸਭ ਪੁਨ ਸੁਨਾਣ ਕਰ ਸ਼ਸਤਰ ਜਿ ਸਜਾਏ। ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ। ਔਰ ਸ਼ਸਤਰ ਤਨ ਨੂੰ ਸਜਾਏ ਹਨ। ਦੁਆ ਕਟਕਾ ਦਿਨ ਰਹਉ ਤਬ ਹੈ ਲਗਮਨੇ ਸੰਗ ਜੋਦ ਬਲਵਾਏ। ਤੇ ਜਦੋਂ ਦੋ ਘੜੀਆਂ ਦਾ ਸਮਾਂ ਰਹਿ ਗਿਆ ਸਤਗੁਰਾਂ ਨੇ ਭਾਈ ਜੋਧਰਾਜ ਨੂੰ ਬੁਲਵਾਇਆ ਹੈ ਬਜੀ ਜੀਤ ਕੀ ਬੰ ਵਿਸਾਲੀ ਭੈ ਸਾਥ ਸਿੱਖ ਪਟਸਮੁੰਦਾਏ ਤੇ ਹੁਣ ਜਿੱਤ ਦਾ ਨਗਾਰਾ ਵੱਜਿਆ ਹੈ ਸਿੱਖ ਸੂਰਮੇ ਇਕੱਤਰ ਹੋਏ ਹਨ ਛੜੇ ਥੰਡਲ ਪਰ ਗੁਰਪੂਰਨ ਆਛੋ ਫਰਸ਼ ਤਹਾਂ ਕਰਵਾਏ ਉਸ ਥੜੇ ਉੱਤੇ ਫਰਸ਼ ਕਰਵਾਇਆ ਹੈ ਦਰੀਬਸ਼ਾਈ ਹੈ ਸਤਗੁਰਾਂ ਨੇ ਉੱਥੇ ਬੈਠਣਾ ਹੁਣ ਇੱਕ ਸੰਕੇਤ ਸੀ ਸਿੰਬਲ ਸੀ ਕਿਉਂਕਿ ਮੁਗਲਾਂ ਨੇ ਲਤਾੜਿਆ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਕਈ ਸਾਲਾਂ ਤੋਂ ਗੁਲਾਮੀ ਦੀਆਂ ਜਜ਼ੀਰਾਂ ਦੇ ਵਿੱਚ ਲੋਕ ਬੰਨੇ ਹੋਏ ਸਨ ਉਹ ਕਹਿੰਦੇ ਸਨ ਅਸੀਂ ਸੁਪਰੀਮ ਹਾਂ ਤੇ ਜਿਹੜੇ ਉੱਥੋਂ ਦੇ ਮੂਲ ਵਸਨੀਕ ਸਨ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਾਡੇ ਪੈਰਾਂ ਦੇ ਥੱਲੇ ਰਹੋ ਭਾਵ ਤੁਸੀਂ ਨੀਵੇਂ ਅਸੀਂ ਉੱਚੇ ਹਾਂ ਸਤਿਗੁਰਾਂ ਨੇ ਇੱਕ ਸੰਕੇਤ ਦਿੱਤਾ ਵੀ ਅਸੀਂ ਬਰਾਬਰ ਹਾਂ ਇਹ ਲੋਕ ਜਿਹੜੇ ਸਾਡੇ ਤੇ ਚੜ ਕੇ ਆਏ ਸਨ ਜਿਹੜੇ ਸਾਨੂੰ ਕਹਿੰਦੇ ਸਨ ਪੈਰਾਂ ਥੱਲੇ ਲਤਾੜ ਦਵਾਂਗੇ ਗੁਰੂ ਨੂੰ ਫੜ ਲਵਾਂਗੇ ਅੱਜ ਉਹਨਾਂ ਨੂੰ ਦਫ਼ਨ ਕਰਕੇ ਅਸੀਂ ਉਹਨਾਂ ਦੇ ਉੱਤੇ ਖੜੇ ਹਾਂ ਇੱਕ ਜਿੱਦ ਦਾ ਪ੍ਰਤੀਕ ਸੀ ਦੱਸਿਆ ਸੀ ਵੀ ਇਹਨਾਂ ਲੋਕਾਂ ਤੋਂ ਜੇ ਸੀ ਇਕੱਤਰ ਹੋ ਜਾਈਏ ਆਪਣਾ ਖੇੜਾ ਛੁਡਾ ਸਕਦੇ ਹਾਂ ਬੈਠੇ ਸਤਿਗੁਰ ਸਵਾਲ ਗਾਇਬ ਗਾਮਨ ਲਗੇ ਰਬਾਬੀ ਆਏ ਹੁਣ ਮਹਾਰਾਜ ਸਚਿਪਾਤਸ਼ਾਹ ਜੀ ਜਦੋਂ دیਵਾਨ ਲਾ ਕੇ ਕੇ ਬੈਠੇ ਹਨ ਜਿਹੜੇ ਰਬਾਬੀ ਸਿੱਖ ਹਨ ਆਏ ਹਨ ਸਗਲ ਮੁਦਤ ਮਨ ਧਨ ਤਨ ਪਨ ਕਰੈ ਜੰਗ ਬਾਤ ਨਮਸਕਾਏ ਹੁਣ ਸਾਰੇ ਖੁਸ਼ ਨੇ ਸਾਰੇ ਧਨ ਤਨ ਕਰ ਰਹੇ ਹਨ ਜੰਗ ਦੀਆਂ ਗੱਲਾਂ ਮੁਸਕਰਾ ਕੇ ਕਰਦੇ ਹਨ ਸਭ ਨੇ ਸੁਨਾਏ ਗੁਰੂ ਹਰਗੋਬਿੰਦ ਸਿੱਖ ਮਹਾਰਾਜ ਕੋ ਨਿਕਟ ਬੁਲਾਏ ਹੁਣ ਜਦੋਂ ਦੀਵਾਨ ਲੱਗਾ ਜਿਸ ਸਿੱਖ ਨੇ ਉਹ ਕਰਪਾਨ ਚੋਰੀ ਕੀਤੀ ਸੀ ਤਲਵਾਰ ਉਹ ਵੀ ਸਭਾ ਦੇ ਵਿੱਚ ਦੀਵਾਨ ਵਿੱਚ ਬੈਠਾ ਤੇ ਸਹਬ ਨੇ ਉਹਨੂੰ ਆਪਣੇ ਕੋਲ ਬੁਲਾਇਆ ਹੈ ਕਹੋ ਤੈ ਚੂਤਰਵਾਰ ਦੁਰਾਈ ਲੈ ਆਵੋ ਆਬ ਦੇ ਹਿਗੜਾਏ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਤੂੰ ਤਲਵਾਰ ਲੁਕੋਈ ਹੈ ਉਹ ਲੈ ਕੇ ਆਇ ਤੇ ਉਹਨੂੰ ਵੀ ਆਪਾਂ ਦਫਨ ਕਰ ਦੇਨੇ ਹਾ ਗੱਡ ਦੇਨੇ ਹਾ ਨਹੀਂ ਉਚਿਤ ਰਾਖਨ ਕੇ ਜਾਨੋ ਸ਼ਸਤਰਾਂ ਸਾਥ ਗਰਤ ਦਹਿੜਾਰ ਤੇ ਅਸੀਂ ਕਿਹਾ ਸੀ ਵੀ ਜਿਹੜੇ ਸ਼ਹੀਦ ਹੋਏ ਨੇ ਸੂਰਮੇ ਸ਼ਸਤਰਾਂ ਦੇ ਨਾਲ ਹੀ ਦਫਨ ਕਰਨਾ ਇਹ ਚੰਗੀ ਗੱਲ ਨਹੀਂ ਤੂੰ ਇੱਕ ਕੀਮਤੀ ਤਲਵਾਰ ਦੇ ਕਰਕੇ ਲਾਲਚੀ ਹੋ ਗਿਆ ਤਲਵਾਰ ਤੂੰ ਲੁਕੋ ਲਈ ਹੈ ਸੁਣ ਤੈਨ ਸਮਝਿਓ ਕਿਸਿਓ ਕਰਿਓ ਹੋਏ ਮਸਤਕ ਤੇ ਚਾਰੀ ਸੂਚਾਰ ਹੁਣ ਇਹ ਜਿਹੜਾ ਮਹਾਰਾਜ ਪਿੰਡ ਦਾ ਸਿੱਖ ਸੀ ਤੇ ਇਹਨੇ ਸਮਝਿਆ ਕਿ ਕਿਸੇ ਨੇ ਮੇਰੀ ਚੁਗਲੀ ਕੀਤੀ ਹੈ ਨਹੀਂ ਲੋਭ ਤੇ ਗੁਰਬਚ ਮੰਨਿਓ ਮੁਕਰ ਪਰਿਓ ਨਾ ਲਈ ਤਲਵਾਰ ਲਾਲਚ ਨੇ ਅੰਨਾ ਕਰ ਦਿੱਤਾ ਸੀ ਮੁਕਰ ਗਿਆ ਕਿ ਨ ਲਗਾ ਨਹੀਂ ਮਹਾਰਾਜ ਮੈਂ ਤੇ ਕੋਈ ਤਲਵਾਰ ਲੁਕੋਈ ਨਹੀਂ ਕਿਸੇ ਦੇ ਹੱਥ ਤੂੰ ਨਹੀਂ ਖੋਈ ਹੈ ਜਿਸ ਮਨ ਕੀ ਗਤੰ ਅੰਤਰ ਜਾਮੀ ਜਾਂ ਲਈ ਲੋਭਿਓ ਹਿਤ ਧਾਰ ਹੁਣ ਸਤਗੁਰਾਂ ਨੇ ਮਨ ਦੀ ਗੱਲ ਸਮਝ ਲਈ ਵੀ ਇਹ ਬੰਦਾ ਲਾਲਚੀ ਹੋ ਗਿਆ ਜਦੋਂ ਬੰਦਾ ਲੋਭੀ ਹੋ ਜਾਏ ਫਿਰ ਝੂਠ ਵੀ ਬੋਲਦਾ ਹੈ ਜੇ ਉਹ श्राप ਸਤਿਗੁਰੂ ਤਬ ਤਿਸ ਕੋ ਨਹੀਂ ਬਾਖ ਮਾਨਿਓ ਲਬਧਾਰ ਤੇ ਮਹਾਰਾਜ ਨੇ ਬਚਨ ਕੀਤਾ ਕਹਿਣ ਕੇ ਲਾਲਚ ਕਰਕੇ ਤੂੰ ਸਾਡੀ ਗੱਲ ਨਹੀਂ ਮੰਨੀ ਹੈ ਰਾਖਣ ਕਰੀ ਸੁ ਤੇਰੀ ਕੁਲ ਮਹ ਚਲਤ ਰਹੇਗੀ ਖਰ ਤਲਵਾਰ ਮਹਾਰਾਜ ਕਹਿੰਦੇ ਤਲਵਾਰ ਰੱਖਣਾ ਲਾਲਚ ਦਾ ਪ੍ਰਤੀਕ ਤੇ ਲਾਲਚ ਕਰਕੇ ਤੇਰੇ ਘਰ ਲੜਾਈ ਰਹੇਗੀ ਕਿਉਂਕਿ ਲਾਲਚੀ ਬੰਦਾ ਸੁਖੀ ਨਹੀਂ ਹੋ ਸਕਦਾ ਉਹਦੇ ਅੰਦਰ ਅਸ਼ਾਂਤੀ ਹੈ ਬੇਬਲਤਾ ਹੈ ਬੇਚੈਨੀ ਹੈ ਮਹਾਰਾਜ ਕਹਿੰਦੇ ਤੇਰੀ ਕੁਲ ਦਾ ਹੀ ਇਹ ਹੀ ਹਾਲ ਹੋਏਗਾ ਇਹ ਜਿਹੜਾ ਲਾਲਚ ਹੈ ਜੇ ਤੂੰ ਇਦਾਂ ਰੱਖਿਆ ਅੱਗੇ ਤੇਰੀ ਪੀੜ੍ਹੀ ਲੜੇਗੀ ਤੂੰ ਲੜੇਗਾ ਲਾਲਚ ਤੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਆਪਸ ਮਰ ਇਸ ਕਰੇ ਪ੍ਰਹਾਰੇ ਕਟੇ ਕਿਰਪਾਨ ਸੰਗ ਬਹੁ ਵਾਰ ਇਹ ਲਾਲਚ ਹੀ ਹੋਏਗਾ ਵੀ ਲਾਲਚ ਕਰਕੇ ਅੱਗੇ ਤੇਰੇ ਖਾਨਦਾਨ ਦੇ ਵਿੱਚ ਹੁਣ ਤੂੰ ਲਾਲਚ ਕਰਕੇ ਝੂਠ ਬੋਲਿਆ ਲਾਲਚ ਕਰਕੇ ਗੁੱਸਾ ਆਏਗਾ ਜਦੋਂ ਲਾਲਚ ਦੀ ਪੂਰਤੀ ਨਹੀਂ ਹੋਏਗੀ ਕਿਰਪਾਨ ਚੱਲੇਗੀ ਤੇ ਉਥੇ ਫਿਰ ਨਾ ਸੁਖ ਹੋਵੇਗਾ ਅਬਲੋ श्राप ਬਜਤ ਹੀ ਤਿਨ ਮੈ ਲਰਤ ਰਹੇ ਹੋਏ ਖੜਗ ਪ੍ਰਹਾਰ ਕਵੀ ਜੀ ਕਹਿੰਦੇ ਗੁਰੂ ਨੇ ਬਚਨ ਕੀਤਾ ਸੀ ਵੀ ਲਾਲਚ ਕਰਕੇ ਨਾਸ਼ ਹੋਏਗਾ ਤੇ ਜੋ ਗੁਰੂ ਨੇ ਕਿਹਾ ਸੀ ਉਹ ਬਚਨ ਸੱਤ ਹੋਇਆ ਹੈ ਕਿਉਂਕਿ ਜਿਹੜਾ ਲਾਲਚੀ ਬੰਦਾ ਹੁੰਦਾ ਉਹ ਝੂਠਾ ਵੀ ਹੁੰਦਾ ਹੈ ਉਹ ਗੁੱਸੇ ਵਾਲਾ ਵੀ ਹੁੰਦਾ ਹੈ ਕਿਉਂਕਿ ਜਦੋਂ ਲਾਲਚ ਦੀ ਪੂਰਤੀ ਨਹੀਂ ਹੁੰਦੀ ਗੁੱਸਾ ਹੁੰਦਾ ਹੈ ਬੇਈਮਾਨ ਠਾਗ ਹੋ ਜਾਂਦਾ ਜਦੋਂ ਵਿਕਾਰ ਇਕੱਠੇ ਹੋ ਜਾਣ ਜ਼ਿੰਦਗੀ ਇੱਕ ਨਰਕ ਬਣ ਜਾਂਦੀ ਹੈ ਸੰਧਿਆ ਲੱਗ ਸ੍ਰੀ ਸਤਿਗੁਰੂ ਬੈਠੇ ਲੋਕ ਹਜ਼ਾਰ ਹੋ ਦਰਸ਼ਨ ਆਏ ਤੇ ਹੁਣ ਜਦੋਂ ਸੰਧਿਆ ਦਾ ਸਮਾਂ ਸੀ ਸ਼ਾਮਾਂ ਦਾ ਸਮਾਂ ਹਜ਼ਾਰਾਂ ਲੋਕ ਦਰਸ਼ਨ ਕਰਨ ਵਾਸਤੇ ਆਏ ਹਨ ਵੇਖਣ ਕੋ ਕਸਮਾਨ ਕਨੇਰੋ ਮਰੇ ਬੋਤ ਅੁਰਵ ਸਮਾਏ ਤੇ ਹੁਣ ਜਦੂ ਵੱਡਾ ਮੈਦਾਨ ਵੇਖਿਆ ਵੀ ਇਹ ਤੇ ਬਹੁਤ ਵੱਡਾ ਮੈਦਾਨ ਸੀ ਬڑے ਮਰੀ ਸੰਲੋਕ ਬੜੇ ਹੈਰਾਨ ਹੁੰਦੇ ਹਨ ਵੰਦਨ ਕਰਹਿ ਨਿਹਾਰ ਹੈ ਸੰਮੁਖ ਬਾਤ ਬਾਤ ਕੀ ਭੇਟ ਚੜਾਏ ਹੁਣ ਸਤਿਗੁਰਾਂ ਨੂੰ ਮੱਥਾ ਟੇਕ ਕੇ ਤਰ੍ਹਾਂ ਤਰ੍ਹਾਂ ਦੀ ਭੇਟਾ ਲੋਕ ਚੜਾਉਂਦੇ ਹਨ ਅਜਪਤ ਸਹਿਤ ਸਰਫੀ ਰਖੈ ਸੰਗਰਵਾਤ ਕਰੇ ਸਮੁਦਾਏ ਤੇ ਹੁਣ ਜੰਗ ਦੀ ਗੱਲ ਕਰਦੇ ਹਨ ਸਾਰੇ ਜਿਹੜੇ ਵੀ ਆ ਰਹੇ ਹਨ ਬੜੇ ਖੁਸ਼ ਹੁੰਦੇ ਹਨ। ਤਿਮਰ ਭਏ ਉਠਿ ਸ੍ਰੀ ਹਰਿ ਗੋਬਿੰਦ ਆਏ ਸਿਵਰ ਤੰਬੂ ਬੜਮਾਹੇ। ਤੇ ਜਦੂ ਰਾਤ ਦਾ ਸਮਾ ਹੋਇਆ ਹੈ ਸਤਿਗੁਰੂ ਤੰਬੂ ਵਿੱਚ ਆਏ ਹਨ। ਚਾਰ ਪ੍ਰਯੰਕ ਬੀਠ ਕਰ ਬਿਠੇ ਅਪਰਗੇ ਸਭ ਨਿਜ ਨਿਜ ਥਾਹੇ। ਸਤਿਗੁਰੂ ਜੀ ਆਪਣੇ ਪਲੰਗ ਤੇ ਬੈਠੇ ਨੇ ਬਾਕੀ ਸਿੱਖ ਆਪਣੀਆਂ ਥਾਵਾਂ ਤੇ ਵਾਪਸ ਗਏ ਹਨ। ਖਾਨ ਪਾਨ ਮਨ ਭਾਵਤ ਕਰ ਕਰ ਸੁਪਤਿ ਥਾ ਮਨ ਚਿਤ ਮਿਟਾਏ। ਪ੍ਰਸ਼ਾਦਾ ਪਾਣੀ ਸ਼ੇਕ ਸ਼ਕ ਕੇ ਸਿੱਖ ਆਪਣੀਆਂ ਆਪਣੀਆਂ ਥਾਵਾਂ ਤੇ ਚਲੇ ਗਏ ਸੌਣ ਵਾਸਤੇ ਵਾਹਿਗੁਰੂ ਜੀ ਕੀ ਸਫਤੈ ਬੜ ਦੇਸ਼ ਵਿਦੇਸ਼ਨ ਮਹਬਜਤਾਏ ਹੁਣ ਸਿੱਖਾਂ ਨੇ ਕਿਹਾ ਵੀ ਵਾਹਿਗੁਰੂ ਦੀ ਫਤਿਹ ਹੋਈ ਹੈ ਸਾਡੀ ਫਤਿਹ ਨਹੀਂ ਹੋਈ ਇਹ ਪਰਮੇਸ਼ਰ ਦੀ ਫਤਿਹ ਹੋਈ ਹੈ ਤੀਸਰੀ ਜਿਹੜੀ ਲੜਾਈ ਸੀ ਉਨ ਦੀ ਜਿੱਤ ਦੀ ਜਿਹੜੀ ਗੱਲ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੈ ਜਾਮ ਜਾਮਨੀ ਜਾਗੇ ਸਤਿਗੁਰ ਸੋਚਨਾਨ ਧਿਆਨ ਕੋ ਠਾਨ ਅੰਮ੍ਰਿਤ ਵੇਲਾ ਹੋਇਆ ਸਤਿਗੁਰ ਇਸ਼ਨਾਨ ਕਰਕੇ ਤੇ ਧਿਆਨ ਵਿੱਚ ਚੌਂਕੜਾ ਮਰ ਕੇ ਬੈਂਦੇ ਹਨ ਆਸਾ ਬਾਰਬੀ ਕਾਪਤ ਭਜਨ ਹੋਤ ਦਲ ਵਿਖੇ ਮਹਾਨ ਆਸਾ ਕੀ ਵਾਰਦਾ ਕੀਰਤਨ ਲੱਗਿਆ ਰਬਾਬੀਆਂ ਨੇ ਕੀ ਕੀਤਾ ਹੈ ਵੀ ਉਹ ਜਿਹੜਾ ਮਨ ਦੀ ਖੁਰਾਕ ਹੈ ਆਸਾ ਕੀ ਵਾਰਦਾ ਕੀਰਤਨ ਸ਼ੁਰੂ ਕੀਤਾ ਹੈ ਗੁਰਬਾਣੀ ਕੋ ਪੜਤ ਸੁਨਤ ਕੋ ਹੋਵਤ ਵਰਖਾ ਸੁਦਾਸਮਾਨ ਗੁਰੂ ਕੀ ਸਿੱਖ ਬਾਣੀ ਪੜਦੇ ਹਨ ਸੁਣਦੇ ਹਨ ਅੰਮ੍ਰਿਤ ਵੇਲੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਨਿਰਮਲ ਊਰਗਰ ਦਰਸ਼ਨ ਸਿੱਖ ਪਰਮੇਸ਼ਰ ਕੋ ਪ੍ਰੇਮ ਸੁਜਾਨ ਤੇ ਜਿਹੜੇ ਸਿੱਖ ਨੇ ਹਿਰਦਾ ਨਿਰਮਲ ਹੈ ਗੁਰੂ ਦਾ ਦਰਸ਼ਨ ਕਰਦੇ ਹਨ ਸਿੱਖ ਪਰਮੇਸ਼ਰ ਕੋ ਪ੍ਰੇਮ ਸੁਜਾਨ ਪਰਮੇਸ਼ਰ ਦੇ ਨਾਲ ਸਿੱਖਾਂ ਦਾ ਪਿਆਰ ਹੈ ਭਾਈ ਪ੍ਰਾਤ ਪੁਨ ਸਵਾਲ ਗਾਇਬ ਜੋਦ ਸਮਰੇਮਖਾਹ ਚਲਿਆਏ ਹੁਣ ਜਦ ਤੂੰ ਸਵੇਰਾ ਹੋਇਆ ਸਭਾ ਲੱਗੀ ਹੈ ਜਿਹੜਾ ਜੋਦ ਸੀ ਤੇ ਸਲੇਮ ਸ਼ਾ ਦੋਵੇਂ ਭਰਾ ਸਨ ਇਹ ਸਤਿਗੁਰਾਂ ਦੇ ਕੋਲ ਪਹੁੰਚੇ ਭੀਦੀ ਚੰਦ ਦੀ ਜਾਤੀ ਮਲਕ ਸੋ ਬੈਠ ਭਏ ਇਸ ਵਟਸਮੁਦਾਏ ਭਾਈ ਭੀਦੀ ਚੰਦ ਜਾਤੀ ਮਲਕ ਸਾਰੇ ਸਿੱਖ ਇਕੱਠੇ ਹੋਏ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹਨ ਸ੍ਰੀ ਸਤਿਗੁਰ ਕੋ ਕਰ ਕਰ ਬੰਦਨ ਹੇਰ-ਹੇਰ ਸਗਰੇ ਹਰਖਾਏ ਸਤਿਗੁਰਾਂ ਨੂੰ ਮੱਥਾ ਟੇਕ ਟੇਕ ਕੇ ਸਾਰੇ ਖੁਸ਼ ਹੁੰਦੇ ਹਨ ਮੁਦਦ ਸੁਦੂਤ ਹਸਨ ਖਾਂ ਆਇਬ ਜੋ ਕਰ ਜੋਰਤ ਸੀਸ ਨਿਵਾਏ ਹੁਣ ਜਿਹੜਾ ਹਸਨ ਖਾਂ ਦੂਤ ਸੀ ਪਹਿਲਾਂ ਮੁਗਲਾਂ ਦਾ ਦੂਤ ਸੀ ਮੈਸੈਂਜਰ ਸੀ ਤੇ ਮੁੜ ਕੇ ਇੱਧਰ ਸਿੱਖਾਂ ਦਾ ਹੋ ਗਿਆ ਗੁਰੂ ਦਾ ਸਿੱਖ ਬਣ ਗਿਆ ਸੀ ਮੁਗਲਾਂ ਨੇ ਉਹਨੂੰ ਕੱਢ ਦਿੱਤਾ ਸੀ ਉਹ ਆਇਆ ਹੱਥ ਜੋੜੇ ਸੀਸ ਨਿਵਾਇਆ ਹੈ ਕਰਾਮਾਤ ਕਾਮਲ ਬੜਿਆ ਰਿਫ ਸੰਸਰ ਨਹੀਂ ਜਗਤ ਮੈਂ ਕੋਏ ਕਿਨਕ ਮਹਾਰਾਜ ਤੁਸੀਂ ਬਹੁਤ ਵੱਡੇ ਕਲਾ ਵਾਲੇ ਹੋ ਕਾਮਲ ਹੋ ਤੁਹਾਡੀ ਵਰਗਤ ਦੁਨੀਆਂ ਦੇ ਵਿੱਚ ਕੋਈ ਨਹੀਂ ਤੁਮ ਹੀ ਜੀਂਤ ਕੇ ਦਾਤੇ ਜਿਮ ਚਿੱਤ ਚ ਹੋਂ ਬਨਥ ਹੈ ਸੋਏ ਸਤਿਗੁਰੂ ਤੁਸੀਂ ਸਾਡੇ ਦਾਤੇ ਹੋ ਜਿਵੇਂ ਤੁਹਾਡੇ ਚਿੱਤ ਵਿੱਚ ਆਉਂਦਾ ਹੈ ਉਦਾਂ ਹੁੰਦਾ ਹੈ ਮੋਕੋ ਹੁਕਮ ਹੈ ਕਿਸ ਬਿਦ ਕੋ ਕਰੋ ਕਿਰਪਾ ਜਿਮ ਸਦਕੀ ਹੋਏ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਕਿ ਮੈਂ ਸਦਕੀ ਹੋਵਾਂ ਮੇਰੇ ਅੰਦਰ ਸੰਤੋਖ ਬਣਿਆ ਰਹੇ ਮਰੇ ਤੁਰਕ ਸਭ ਫਤੇ ਲਈ ਤੁਮ ਬਿਜਤ ਜਗਤ ਮਹ ਜਿਸ ਕੋ ਜੋਏ ਤੁਰਕ ਮਾਰੇਗੇ ਨਹੀਂ ਸਤਿਗੁਰੂ ਤੁਹਾਡੀ ਫਤਹੀ ਹੋ ਗਈ ਹੈ ਹੁਣ ਸੰਸਾਰ ਵਿੱਚ ਜਿਹੜਾ ਤੁਹਾਡਾ ਜਸ ਹੈ ਫੈਲ ਚੁਕਾ ਹੈ ਮੁਸਕਾਬਤ ਗੁਰਬਾਖ ਬਖਾਨੇ ਸੂਬਾ ਕਾਬਲ ਕੋ ਬਣ ਜਾਏ ਮਹਾਰਾਜ ਕਹਿੰਦੇ ਨੇ ਵੀ ਤੂੰ ਕਾਬਲ ਦਾ ਸੂਬੇਦਾਰ ਬਣ ਜੀਂਗਾ ਲੱਲਾ ਬੇਗ ਮਾਰਿਆ ਗਿਆ ਤੇ ਸਹਿਬ ਕਹਿੰਦੇ ਵੀ ਹੁਣ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਵੇਂਗਾ ਮਨਸਬ ਲੱਲਾ ਬੇਗ ਕੋ ਲਹਿ ਗੁਰ ਕੀ ਸ਼ਰਨ ਪ੍ਰਯੋਫਲ ਪਾਏ ਮਨਸਬ ਲੱਲਾ ਬੇਗ ਕੋ ਲਹਿ ਗੁਰ ਕੀ ਸ਼ਰਨ ਪ੍ਰਯੋਫਲ ਪਾਏ ਸਾਡੀ ਸ਼ਰਨ ਦੇ ਵਿੱਚ ਆਇਆ ਹੈ ਤੇ ਸਹਿਬ ਕਹਿੰਦੇ ਵੀ ਜੋ ਤੂੰ ਡਿਜ਼ਰਵ ਕਰਦਾ ਹੈ ਜਿਹੜੇ ਉਹਦੇ ਨੂੰ ਤੈਨੂੰ ਜ਼ਰੂਰ ਮਿਲੇਗਾ ਜੇ ਤਿਕ ਬਚੈ ਤੁਰਕ ਲਹਿ ਸੰਗੇ ਸ਼ਾਹਾਂ ਕੋ ਸੁਧ ਦੇਹਤਾਏ ਹੁਣ ਟੈਕਨੀਕ ਸਤਗੁਰਾਂ ਨੇ ਇਹਨੂੰ ਦੱਸਣੀ ਹੈ ਵੀ ਕਿਦਾਂ ਸਫਲ ਹੋਏਗਾ ਸਹਿਬ ਕਹਿੰਦੇ ਵੀ ਜਿੰਨੇ ਤੁਰਕ ਬਚੇ ਨੇ ਇਹਨਾਂ ਸਾਰਿਆਂ ਨੂੰ ਲੈ ਜਾ ਤੇ ਉੱਥੇ ਲਿਜਾ ਕੇ ਬਾਦਸ਼ਾਹ ਨੂੰ ਖਬਰ ਦੇਣਾ ਕਰ ਤਿਲਕੇ ਤਰੰਗ ਸੁਦਲ ਮਹ ਆਏ ਸੋ ਤੁਜ ਕੋ ਦਹਿ ਫਿਰਵਾਏ ਜਿਹੜੇ ਉਹਨਾਂ ਦੇ ਘੋੜੇ ਨੇ ਮਹਾਰਾਜ ਕਹਿੰਦੇ ਤੂੰ ਉਹਨਾਂ ਦੇ ਮੁਗਲਾਂ ਦੇ ਬੱਚੇ ਘੋੜੇ ਵੀ ਲੈ ਜਾ ਮੁਗਲ ਸਪਾਈ ਸੋਕੂ ਰਹਿੰਦੇ ਨੇ ਉਹ ਵੀ ਲੈ ਜਾ ਸਹਿਤ ਸੈਨ ਸੁਤ ਬੰਦਪ ਜੇਤਿਕ ਲਾ ਬੇਗ ਹੱਤ ਭਾ ਕਹ ਜਾਏ ਤੇ ਜਾ ਕਰਕੇ ਖਬਰ ਦੇ ਦੇ ਵੀ ਲੱਲਾ ਬੇਗ ਮਾਰਿਆ ਗਿਆ ਹੈ ਸੁਨ ਗੁਰ ਹੁਕਮ ਸਿਦਕੋ ਧਰ ਉਰ ਭਇਓ ਤਿਆਰ ਨਿਸ਼ਚਾ ਬਚ ਪਾਏ ਤੇ ਸਹਿਬ ਨੇ ਕਿਹਾ ਵੀ ਖਬਰ ਦੇਣੀ ਸਹੀ ਤਰੀਕੇ ਨਾਲ ਗੁਰੂ ਦਾ ਹੁਕਮ ਇਨੇ ਪਾਇਆ ਸਿਦਕ ਧਾਰਨ ਕੀਤਾ ਹੈ ਤੇ ਨਿਸ਼ਚਾ ਮਿਲਿਆ ਹੈ ਨਿਸ਼ਚਾ ਮਿਲਿਆ ਭਾਵ ਗੁਰੂ ਕੇ ਬਚਨਾਂ ਦੇ ਨਾਲ ਇਹਦਾ ਨਿਸ਼ਟਾ ਵੱਧ ਗਿਆ ਹੈ ਸੰਗ ਤੁਰਕ ਸਹ ਤੁਰਕ 100 ਚਲਨ ਸਮੈ ਗੁਰ ਕੇ ਪਰਪਾਏ ਤੇ ਹੁਣ ਸੰਗ ਤੁਰਕ ਸਹ ਤੁਰਕ 100 ਚਲਨ ਸਮੈ ਗੁਰ ਕੇ ਪਰਪਾਏ ਸਤਿਗੁਰਾਂ ਦੀ ਪਿਆਰੀ ਪਿਆ ਮੁਗਲ ਸਪਾਈ ਜਿਹੜੇ ਬੱਚੇ ਸਨ ਨਾਲ ਸਨ ਘੋੜੇ ਨਾਲ ਹਨ ਕਿਰਪਾ ਕਰੀ ਤਬਹ ਸ੍ਰੀ ਹਰਿ ਗੋਬਿੰਦ ਬਹੁ ਮਹਿਲਾ ਦੇ ਕਰ ਸਿਰ ਪਾਏ ਸਤਿਗੁਰਾਂ ਨੇ ਜਦੋਂ ਇਹਨੂੰ ਵਿਦਾ ਕੀਤਾ ਤੇ ਸਿਰੋ ਪਾਉ ਦਿੱਤਾ ਹੈ ਕਰਿਓ ਬਿਸਰਜਨ ਗਮਨਿਓ ਤੂਰਨ ਨਿਸ ਬਾਸਰਮ ਹੈ ਚਲ ਬੋਕੀਨ ਤੇ ਇਹਨੇ ਕੀ ਕੀਤਾ ਪਿਆਨਾ ਕਰਨਾ ਕੀਤਾ ਹੈ ਰਾਤ ਦੇ ਸਮੇ ਨਿਸ ਬਾਸਰਮੇ ਚਲ ਬੇ ਕੀਨ ਤੁਰ ਪਿਆ ਹੈ ਭਾਵ ਦਿਨ ਨੂੰ ਵੀ ਚੱਲੇਗਾ ਰਾਤ ਨੂੰ ਵੀ ਚੱਲੇਗਾ ਦਿਨ ਹੇਤ ਸਤਿ ਸ਼ੀਗਰ ਕਰੰਤਾ ਸਿਮਰਤ ਸਤਿਗੁਰ ਨਾਮ ਪਰਵੀਨ ਹੁਣ ਛੇਤੀ ਖਬਰ ਦੇਣ ਵਾਸਤੇ ਬਾਦਸ਼ਾਹ ਦੇ ਕੋ ਲਾਹੌਰ ਜਾ ਰਿਹਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਨੂੰ ਸਿਮਰਦਾ ਹੈ ਲਾਹੌਰ ਪਹੁੰਚਿਓ ਮਹਾ थक्त ਹੋਏ ਕੀਤਕ ਬਿਹਾਲ ਸੰਗ ਮਹਿਲੀਨ ਤੇ ਜਦੋਂ ਲਾਹੌਰ ਦੇ ਵਿੱਚ ਪਹੁੰਚਿਆ ਥੱਕ ਗਿਆ ਹੈ ਕੀਤਕ ਬਿਹਾਲ ਸੰਗ ਮਹਿਲੀਨ ਕਵੀ ਜੀ ਕਹਿੰਦੇ ਨੇ ਵੀ ਜਿਹੜੇ ਨਾਲ ਦੇ ਬੰਦੇ ਸਨ ਉਹ ਵੀ ਪਰੇਸ਼ਾਨ ਨੇ ਕਿਉਂਕਿ ਸਫ਼ਰ ਲੰਬੀਰਾ ਸੀ ਇਸ ਪ੍ਰਭ ਕਾਲ ਬਿਨ ਉਤਸ਼ਾਹ ਫਟੇ ਵਸਤਰ ਅਰਸ਼ ਅਸਤਰ ਬਹੀਨ ਤੇ ਹੁਣ ਜਿਹੜਾ ਸੈਨਾਪਤੀ ਹੈ ਹੁਣ ਬਿਨ ਉਤਸ਼ਾਹ ਤੂ ਹੈ ਪਾਟੇ ਕਪੜੇ ਨੇ ਕੋਈ ਸ਼ਸਤਰ ਨਹੀਂ ਹੈ ਦੋਹਰਾ ਆਪਣੋ ਆਪ ਦਿਖਾਏ ਕਰ ਜਾ ਪਹੁੰਚੋ ਢਿਗ ਸ਼ਾਹ ਤੇ ਹੁਣ ਹੋਇਆ ਕੀ ਹੈ ਵੀ ਆਪਣੋ ਆਪ ਦਿਖਾਏ ਕਰ ਬਾਦਸ਼ਾਹ ਦੇ ਕੋਲ ਲਾਹੌਰ ਪਹੁੰਚ ਗਿਆ ਹੈ ਕਪੜੀ ਪਾਰਟੀ ਹੋਈ ਨਹੀਂ ਕੋਈ ਸ਼ਸਤਰ ਨਹੀਂ ਹਾਲਤ ਜਿਹੜੀ ਮੰਦੀ ਹੈ ਸਫਰ ਕਰਕੇ ਆਇਆ ਸੀ ਹਸਨ ਖਾਨ ਦੂਤ ਮੁਗਲਾਂ ਨੂੰ ਜਿਹੜੇ ਮੁਗਲ ਬਚ ਗਏ ਸਨ ਉਹਨਾਂ ਨੂੰ ਲੈ ਕੇ ਲਾਹੌਰ ਪਹੁੰਚਦਾ ਹੈ ਤੇ ਉੱਥੇ ਜਿਹੜੇ ਅਹਿਲ ਕਰਸਨ ਉਹਨਾਂ ਨੂੰ ਸੁਨਾਣਾ ਕੀਤਾ ਹੈ ਸਵਈਆ ਛੰਦ ਸ਼ਾਜਾ ਨਿਜ ਹੈ ਉੜੀਕਤ ਪਹੁੰਚਤ ਲੱਲਾ ਬੇਗੁਰ ਪਾਸ ਤੇ ਉਹਨੇ ਕੀ ਕੀਤਾ ਹੈ ਕਿ ਉੱਥੇ ਅਹਿਲਕਾਰਾਂ ਨੂੰ ਦੱਸਿਆ ਵੀ ਮੈਂ ਲੱਲਾ ਬੇਗ ਦੀ ਫੌਜ ਦੇ ਵਿੱਚ ਸਾਂ ਇਹ ਸਿਪਾਈ ਅਸੀਂ ਮਾਲਵੇ ਦੇ ਇਲਾਕੇ ਤੋਂ ਆਏ ਹਾਂ ਇਦਰ ਜਿਹੜਾ ਸ਼ਾਹਜਹਾਨ ਬਾਦਸ਼ਾਹ ਸੀ ਦਰਬਾਰ ਦੇ ਵਿੱਚ ਉਡੀਕਦਾ ਪਿਆ ਸੀ ਵੀ ਲੱਲਾ ਬੇਗ ਕਦੋਂ ਗੁਰੂ ਕੋਲ ਪਹੁੰਚ ਕੇ ਤੇ ਵਾਪਸ ਘੋੜੇ ਲੈ ਕੇ ਆਵੇਗਾ ਕਰਹ ਜੰਗ ਗੁਰ ਕੋ ਐ ਗਹ ਅਨਹ ਕਿਦੌਲਰਤ ਹੀ ਹੋਏ ਬినాਸ਼ ਹੁਣ ਸੋਚਦਾ ਪਿਆ ਵੀ ਗੁਰੂ ਨਾਲ ਜੰਗ ਕਰਦਾ ਹੋਏਗਾ ਜਾਂ ਉਹਦਾ ਹੀ ਖਾਤਮਾ ਹੋ ਜਾਵੇਗਾ ਲਸ਼ਕਰ ਕਰੋ ਸੰਗ ਤਿਸ ਗਮਨਿਓ ਕੋਲਰਤ ਹੈ ਬਜੇ ਕੀ ਆਸ ਵੀ ਜਿਹੜਾ ਭਾਰੀ ਲਸ਼ਕਰ ਉਹਦੇ ਨਾਲ ਗਿਆ ਹੈ ਹੁਣ ਜਿੱਤ ਦੀ ਆਸ ਸੀ ਵੀ ਜ਼ਰੂਰ ਜਿਹੜਾ ਲੱਲਾ ਬੇਗ ਹੈ ਜਿੱਤ ਕੇ ਆਵੇਗਾ ਆਸੋ ਦਿਲਖਾਂ ਅਪਰ ਗੁਲਬਾਗ ਹੈ ਲਿਆਬ ਹੈ ਕੋ ਬੜ ਓਜ ਪ੍ਰਕਾਸ਼ ਦਿਲਬਾਗ ਤੇ ਗੁਲਬਾਗ ਘੋੜੇ ਨੂੰ ਲੈ ਕੇ ਲੱਲਾ ਬੇਗ ਛੇਤੀ ਆਵੇਗਾ ਜੱਬ ਕੇ ਗਏ ਨਹੀਂ ਸੁਧਾਈ ਰਣ ਹੋਇਓ ਕਹਿ ਨਹੀਂ ਮਹਾਨ ਹੁਣ ਸੋਚਦਾ ਪਿਆ ਸ਼ਾਹ ਜਹਾਂਨ ਵੀ ਜਦੂ ਦਾ ਗਿਆ ਹੈ ਉਦੋਂ ਦੀ ਕੋਈ ਖਬਰ ਨਹੀਂ ਆਈ ਹੈ। ਨਿਸ ਬਾਸਰ ਤੁਰ ਨਹੀਂ ਗਮਨੈ ਨੈ ਵਿਸਰਾਮ ਕੀਨ ਕਿਸ ਥਾਨ। ਤੇ ਬਸ ਇੱਕ ਚਿੱਠੀ ਆਈ ਸੀ। ਜਦੋਂ ਤੁਰਿਆ ਸੀ ਚਿੱਠੀ ਵਿੱਚ ਲਿਖਿਆ ਸੀ ਵੀ ਦਿਨ ਰਾਤ ਅਸੀਂ ਚੱਲਦੇ ਪਏ ਹਾਂ। ਕੋਈ ਵਿਸਰਾਮ ਨਹੀਂ ਕੀਤਾ। ਕੋਈ ਰਾਹ ਦੇ ਵਿੱਚ ਆਰਾਮ ਨਹੀਂ ਕੀਤਾ। ਇੱਕ ਬਾਰ ਅਹਰਜੀ ਭੇਜੀ ਗੁਰ ਹਵਾਲ ਨਹਿ ਲਿਖਿਓ ਨਾ ਜਾਨ। ਵੀ ਇੱਕ ਵਾਰੀ ਬਸ ਉਹੀ ਖੱਤ ਭੇਜਿਆ ਸੀ ਮੁੜ ਕੇ ਲੱਲਾ ਬੇਗ ਨੇ ਕੋਈ ਖਬਰ ਨਹੀਂ ਪਹੁੰਚਾਈ ਵੀ ਕਿੱਦਾਂ ਗੁਰੂ ਦੇ ਨਾਲ ਸਾਡਾ ਟਕਰਾ ਹੋਇਆ ਹੈ ਕਹਾਂ ਭਯੋ ਕੈ ਮਿਲਿਓ ਇਨਹੁ ਸੋ ਦੇ ਕਰ ਸੁੰਦਰ ਚਪਲ ਕੀ ਕਾਨ ਬੀ ਕੀ ਹੋ ਗਿਆ ਹੈ ਕਹਾਂ ਭਯੋ ਕੈ ਮਿਲਿਓ ਇਨੋ ਸੋ ਦੇ ਕਰ ਸੁੰਦਰ ਚਪਲ ਕੀ ਕਾਨ ਕਿ ਸੋਹਣੇ ਘੋੜੇ ਜਿਹੜੇ ਸਾਨੂੰ ਵਾਪਸ ਮਿਲੇ ਹਨ ਕਿ ਨਹੀਂ ਮਿਲੇ ਸਵਾਬਿਕ ਹੈ ਉਮਰਾਵਨ ਕੀ ਟਿਗ ਸ਼ਾਹਜਹਾਂ ਇਮਕੀਨ ਬਖਾਨ ਹੁਣ ਜਦੋਂ ਦਰਬਾਰ ਲੱਗਾ ਹੈ ਦਰਬਾਰੀਆਂ ਦੇ ਕੋਲ ਸ਼ਾਹਜਹਾਨ ਨੇ ਜਦੋਂ ਇਹ ਗੱਲਬਾਤ ਕੀਤੀ ਹੈ ਸੁਨਤ ਸਲਾਬਤ ਖਾਨ ਪਨਿਓ ਤਬ ਤੈਂ ਤੇ ਆਇਬ ਇੱਕ ਅਫਗਾਨ ਤੇ ਸਲਾਬਤ ਖਾਨ ਸੀ ਤੇ ਸਲਾਬਤ ਖਾਨ ਕਹਿਣ ਲੱਗਾ ਜੀ ਇੱਕ ਅਫਗਾਨੀ ਆਇਆ ਹੈ ਇੱਕ ਜਿਹੜਾ ਪਠਾਨ ਹੈ ਜੰਗਲ ਦੇ ਇਲਾਕੇ ਤੋਂ ਮਾਲਵੇ ਤੋਂ ਆਇਆ ਹੈ ਨਿਕਟ ਆਪਕੇ ਅਬ ਮੈਂ ਆਬਤ ਕਰਿਬ ਲੋਕਨ ਬੂਜਨ ਠਾਨ ਉਹ ਤੁਹਾਡੇ ਕੋਲ ਆਣਾ ਚਾਹੁੰਦਾ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੇ ਮੈਂ ਤੁਹਾਡੇ ਕੋਲ ਪੁੱਛਣ ਵਾਸਤੇ ਆਇਆ ਕੀ ਮੈਂ ਉਹਨੂੰ ਆਗਿਆ ਦਵਾਂ ਕਿ ਨਾ ਦਵਾਂ ਇਹੋ ਤਾਂ ਹੈ ਜੰਗਲ ਕੇ ਜਿਸ ਤੇ ਲੱਲਾ ਬੇਗ ਸੰਗੀ ਮਜਾਨ ਉਹ ਕਹਿੰਦਾ ਵੀ ਮਾਲਵੇ ਦੇ ਇਲਾਕੇ ਤੋਂ ਆਇਆ ਹਾਂ ਤੇ ਲੱਲਾ ਬੇਗ ਦਾ ਸੰਗੀ ਹਾਂ ਉਹਦੀ ਫੌਜ ਦੇ ਵਿੱਚ ਹਾਂ ਇਤਨੀ ਸੁਨਤ ਚਲਿਓ ਮੈਂ ਆਇਬ ਅਪਰ ਪ੍ਰਸੰਗ ਕਰਿਓ ਨਹਿ ਕੋਏ ਬਸ ਇਤਨੀ ਗੱਲ ਕਹੀ ਹੈ ਸਲਾਬਤ ਖਾਨ ਕਹਿੰ ਲਗਾ ਉਹਨੇ ਮੈਨੂੰ ਇਨਾ ਕਿਹਾ ਵੀ ਲੱਲਾ ਬੇਗ ਦੀ ਫੌਜ ਦੇ ਵਿੱਚ ਵਿੱਚ ਹਾਂ ਅਗਲੀ ਗੱਲ ਨਹੀਂ ਸੁਣੀ ਛੇਤੀ ਦੇ ਨਾਲ ਮੈਂ ਤੁਹਾਡੇ ਕੋਲ ਤੁਹਾਨੂੰ ਖਬਰ ਦੇਣ ਵਾਸਤੇ ਆ ਗਿਆ। ਸ਼ਾਜਹਾਂ ਸੁਨ ਚਹਤ ਪਿਓ ਤਬ ਆਨਿਓ ਸ਼ਿਗਰ ਦੇ ਸੁਧ ਸੋਏ। ਤੇ ਉਹ ਡਿਕਦਾ ਪਿਆ ਸੀ ਸ਼ਾਜਹਾਂ ਬਾਦਸ਼ਾ ਉਹ ਕਹਿਣ ਲੱਗਾ ਛੇਤੀ ਦੇ ਨਾਲ ਉਹਨੂੰ ਭੇਜ ਦੇ। ਛੇਤੀ ਦੇ ਨਾਲ ਜਿੰਨੀ ਛੇਤੀ ਹੋ ਸਕੇ ਉਹਨੂੰ ਕਹਿ ਆ ਕੇ ਮੈਨੂੰ ਖਬਰ ਦੇਣਾ ਕਰ। ਔਰ ਬਖੈ ਰੋਕ ਹੈ ਨਹ ਕੋ ਸકલ ਬ੍ਰਤੰਤ ਕਹੈ ਜਿਮ ਹੋਏ। ਵੀ ਦਰਵਾਸੀ ਤੇ ਰੋਕਣਾ ਨਹੀਂ ਹੈਗਾ। ਉਹਨੂੰ ਉਹ ਛੇਤੀ ਆ ਕਰਕੇ ਦੱਸੇ ਵੀ ਕੀ ਵਾਪਰਿਆ ਹੈ। ਜੰਗ ਦਾ ਕੀ ਹਾਲ ਹੈ ਸੁਨਤ ਅਰਸ ਬੇਗੀ ਤਬ ਤੂਰਨ ਨਿਕਸਿਓ ਬਹਿਰ ਪਠਿਓ ਨਰ ਜੋਏ ਤੇ ਸੁਨਤ ਅਰਸ ਬੇਗੀ ਤਬ ਤੂਰਨ ਤੇ ਹੁਣ ਜਿਹੜਾ ਅਰਸ ਬੇਗੀ ਸੀ ਭਾਵ ਸਲਾਬਤ ਖਾਨ ਸੀ ਸਲਾਬਤ ਖਾਨ ਛੇਤੀ ਦੇ ਨਾਲ ਗਿਆ ਹੈ ਬਹਿਰ ਪਠਿਓ ਨਰ ਸੋਏ ਬਾਰ ਜਾ ਕੇ ਕਈ ਉਹਨੇ ਬੰਦਾ ਭੇਜਿਆ ਹੈ ਲੱਲਾ ਬੇਗ ਡੋਰੇ ਥਲ ਗਮਨ ਹੋ ਤਹ ਨਵੀਨ ਆਏ ਇਸ ਬਾਰ ਉਹ ਆਪਣੇ ਸਲਾਬਤ ਖਾਨ ਬੰਦੇ ਨੂੰ ਕਹਿੰਦਾ ਵੀ ਜਿਹੜਾ ਲੱਲਾ ਬੇਗ ਦਾ ਡੇਰਾ ਹੈ ਉਥੇ ਨਵੀਨ ਭਾਵ ਨਵੇਂ ਘੋੜ ਸਵਾਰ ਆਏ ਹਨ ਉਹਨਾਂ ਨੂੰ ਛੇਤੀ ਇੱਥੇ ਲਿਆਣਾ ਕਰ ਤਨ ਮੈ ਮੁਖ ਤਹ ਤੂਰਤ ਕਰੋ ਹਜ਼ਰਤ ਅਦਿਕ ਸ਼ੀਗਰਤਾ ਧਾਰ ਉਹਨਾਂ ਦਾ ਜਿਹੜਾ ਮੁਖੀ ਹੈ ਹਸਨ ਖਾਨ ਦੂਤ ਹਸਨ ਖਾਨ ਉਹਨੂੰ ਛੇਤੀ ਦੇ ਨਾਲ ਬੁਲਾ ਤੈਨੂੰ ਕਈ ਵੀ ਬਾਦਸ਼ਾਹ ਤੈਨੂੰ ਬੁਲਾ ਰਿਹਾ ਹੈ ਸੁਨਤਾਏ ਗਮਨ ਹੈ ਚਰਕੇ ਖੋਜ ਗਿਓ ਤਿਸ ਥਲ ਬਿੰਦਾਰ ਤੇ ਛੇਤੀ ਦੇ ਨਾਲ ਸਲਾਬਤ ਖਾਨ ਦਾ ਜਿਹੜਾ ਬੰਦਾ ਸੀ ਘੋੜੇ ਤੇ ਚੜ੍ਹ ਕੇ ਉਸ ਡੇਰੇ ਤੇ ਗਿਆ ਜਿੱਥੇ ਹਸਨ ਖਾਨ ਆਪਣੇ ਬੰਦਿਆਂ ਨਾਲ ਠਹਿਰਿਆ ਸੀ ਉਤਰੇ ਹਤੋ ਹਸਨ ਖਾਨ ਅਸ ਤੈਤ ਮੂ ਪਹੁੰਚਿਓ ਕਰੇ ਉਚਾਰ ਇੰਦਰ ਹਸਨ ਖਾਨ ਘੋੜੇ ਤੇ ਉਤਰੀਆ ਇਸੀ ਮੜਾ ਜਿਆ ਖੜਿਆ ਹੀ ਤੇ ਉਹ ਜਿਹੜਾ ਅਹਿਲਕਾਰ ਸੀ ਉਹ ਆ ਗਿਆ ਹੈ ਹਜਰਤੇ ਹਕਾਰਨ ਅਭੀ ਚਲ ਸ਼ਿਗਰ ਨਹਿ ਬਿਲਮ ਲਗਾਏ ਤੇ ਉਹ ਕਹਿੰ ਲਗਾ ਵੀ ਤੈਨੂੰ ਬਾਦਸ਼ਾਹ ਬੁਲਾ ਰਿਹਾ ਹੈ ਛੇਤੀ ਨਾਲ ਚਲ ਦੇਰੀ ਨਾ ਕਰ ਸੁਨਤ ਪਹਿਰ ਪੋਛਿਛ ਬਹੁ ਮੇਲੀ ਗਮਨ ਸੰਗਪੋਰ ਪਰ ਆਏ ਹੁਣ ਉਹਨੇ ਛੇਤੀ ਨਾਲ ਪੁਸ਼ਾਕ ਬਦਲੀ ਹੈ ਕੀਮਤੀ ਪੁਸ਼ਾਕ ਪਾਲੀ ਹੈ ਤੇ ਦਰਬਾਰ ਸੇ ਦੇ ਕੋਲ ਪਹੁੰਚ ਗਿਆ ਹੈ। ਫਰੋਸਲਾਬਤ ਖਾਨ ਅਗਾਰੀ ਲੈ ਕੇ ਸਾਥ ਗਿਓ ਅਗਵਾਏ। ਮੇਨ ਗੇਟ ਉੱਤੇ ਸਲਾਬਤ ਖਾਨ ਖੜਿਆ ਸੀ ਉਹਨੇ ਵੇਖਿਆ ਹਸਨ ਖਾਨ ਆ ਗਿਆ। ਸਲਾਬਤ ਖਾਨ ਨੇ ਹਸਨ ਖਾਨ ਨੂੰ ਲਿਆ ਤੇ ਦਰਬਾਰ ਦੇ ਵਿੱਚ ਕਚਹਿਰੀ ਵਿੱਚ ਐਂਟਰ ਹੋ ਗਏ ਹਨ। ਤਸਲੀਮਾਤ ਕਰਤ ਬਰਵਾਰੀ ਸ਼ਾਜਹਾਂ ਟਿਕ ਪਹੁੰਚਿਓ ਜਾਏ। ਤੇ ਸਲਾਬਤ ਖਾਨ ਨੇ ਤਸੱਲੀ ਕਰ ਲਈ ਵੀ ਉੱਥੂ ਹੀ ਆਇਆ ਹੈ। ਤੇ ਹੁਣ ਦੋਨੇ ਜਿਹੜੇ ਸਨ ਉਹ ਪਹੁੰਚ ਗਏ ਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਬਾਦਸ਼ਾਹ ਤਖਤ ਤੇ ਬੈਠਾ ਸਭਾ ਲੱਗੀ ਹੈ ਗੁਰ ਸਿਖਰ ਨਿਕਟ ਵਜ਼ੀਰ ਖਾਨ ਤਬਹ ਬੰਦਪ ਬੁੱਧਵੰਤ ਨੀਤ ਕੇ ਗਿਆਨ ਤੇ ਇਥੇ ਫਿਰ ਸਭਾ ਦੇ ਵਿੱਚ ਵਜ਼ੀਰ ਖਾਨ ਬੈਠਾ ਹੈ ਗੁਰੂ ਕਾ ਸਿਖ ਚੰਗੀ ਨੀਤੀ ਦਾ ਮਾਲਕ ਚੰਗੇ ਗਿਆਨ ਦਾ ਮਾਲਕ ਵਜ਼ੀਰ ਖਾਨ ਗੁਰੂ ਕਾ ਹਰਕਾਰਾ ਬੈਠਾ ਹੈ ਗੁਰੂ ਪਗ ਪੰਕਚ ਨਿਸ਼ਚਾ ਜਿਸ ਕੈ ਰ ਦੇ ਕਮਾਵਤ ਸਿੱਧਕ ਮਹਾਨ ਗੁਰੂ ਦੇ ਚਰਨਾਂ ਦੇ ਉੱਤੇ ਜਿੰਦਾ ਭਰੋਸਾ ਹੈ ਔਰ ਜਿਹੜਾ ਸਿੱਧਕੀ ਹੈ ਜਿੰਦੇ ਹਿਰਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਹੈ ਵੱਡ ਉਮਰਾਬ ਕਹੋ ਜਿਸ ਮਨ ਹੈ ਦੇ ਹਜਰਤ ਕੋ ਸਿੱਖ ਸੁਜਾਨ ਵੱਡੇ ਵੱਡੇ ਅਹਲਕਾਰ ਵੀ ਵਜ਼ੀਰ ਖਾਨ ਦੀ ਗੱਲ ਮੰਨਦੇ ਹਨ ਬਾਦਸ਼ਾਹ ਨੂੰ ਇਹ ਸਿੱਖਿਆ ਦਿੰਦਾ ਹੈ ਵਜ਼ੀਰ ਖਾਨ ਹਲਤ ਪਲਤ ਮੈਂ ਜਸ ਅਰ ਸੁਖ ਹੋਏ ਕਹੇ ਬਾਤ ਸੁਭਲੈ ਸੰਮਨ ਇਹ ਜਿਹੜਾ ਵਜ਼ੀਰ ਖਾਨ ਹੈ ਹਲਤ ਪਲਤ ਵਿੱਚ ਲੋਕ ਪਰਲੋਕ ਦੇ ਵਿੱਚ ਇਹਦਾ ਜਸ ਹੋਣਾ ਹੈ ਲੋਕ ਪ੍ਰਲੋਕ ਦਾ ਸੁੱਖ ਇਹਨੂੰ ਪ੍ਰਾਪਤ ਹੋਣਾ ਹੈ ਹਸਨ ਖਾਨ ਕੀ ਜਿਸ ਕੋ ਪੇਖ ਕਰ ਸ਼ਾਹਾਂ ਜਾਂ ਤਬੂ ਜਨਕੀਨ ਹੁਣ ਜਦ ਤੂੰ ਹਸਨ ਖਾਨ ਆ ਕੇ ਖੜ ਗਿਆ ਦਰਬਾਰ ਵਿੱਚ ਬਾਦਸ਼ਾ ਬੜਾ ਉਤਾਵਲਾ ਬੜਾ ਬੇਸਬਰ ਵੀ ਕਦੂ ਜੰਗ ਦੀ ਖਬਰ ਆਏ ਉਹਨੂੰ ਇਹ ਸੀ ਵੀ ਜੰਗੇ ਸੀ ਜਿੱਤ ਜਾਣੀ ਹੈ ਘੋੜੇ ਆ ਰਹੇ ਹੋਣਗੇ ਛੇਤੀ ਦੇ ਨਾਲ ਬੜੇ ਬਹੁਤ ਛੇਤੀ ਦੇ ਨਾਲ ਪੁੱਛਦਾ ਹੈ ਬਾਦਸ਼ਾਹ ਹਸਨ ਖਾਨ ਨੂੰ ਕਹੋ ਕਿੰ ਭਈ ਗੁਰੂ ਸੰਗ ਮਿਲ ਕਰ ਦੌਨ ਤਰੰਗਮ ਪੀ ਤੁਮ ਲੀਨ ਕਿਨ ਲਗ ਵੀ ਕਿਦਾਂ ਗੁਰੂ ਨਾਲ ਵਾਪਰੀ ਜਿਹੜੇ ਦੋ ਘੋੜੇ ਸਨ ਲਲਾ ਬੇਗ ਲੈਣ ਗਿਆ ਉਹ ਮਿਲੇ ਹਨ ਕਿ ਨਹੀਂ ਮਿਲੇ ਮੇਲ ਕਰਿਓ ਕਹਿਲ ਰਿਓ ਸਾਹਮੂ ਹੈ ਕਿਸਥਲ ਮਿਲੈ ਗੁਰੂ ਕਿਤ ਜੀਨ ਗੁਰੂ ਨੇ ਮੇਲ ਮਲਾਪ ਕੀਤਾ ਕੰਪਰੋਮਾਈਜ਼ ਕਰ ਲਿਆ ਜਾਂ ਗੁਰੂ ਨੇ ਲੜਾਈ ਕੀਤੀ ਹੈ ਕਿਸ ਥਾਂ ਦੇ ਉੱਤੇ ਗੁਰੂ ਦਾ ਮਲਾਪ ਹੋਇਆ ਤੁਸੀਂ ਗੁਰੂ ਨੂੰ ਕਿਵੇਂ ਪਛਾਣਿਆ ਸਾਰੀ ਗੱਲਬਾਤ ਦੱਸੋ ਸਕਲ ਪ੍ਰਸੰਗ ਛੋਰ ਤੇ ਭਾਖੋ ਲੱਲਾ ਬੇਗ ਜਿਮ ਕਰਿਓ ਪ੍ਰਵੀਨ ਤੇ ਸਾਰੀ ਜਿਹੜੀ ਗੱਲਬਾਤ ਹੈ ਦੱਸਣਾ ਕਰੋ ਜਿਸ ਤਰ੍ਹਾਂ ਲੱਲਾ ਬੇਗ ਨੇ ਕਹੀ ਉਹ ਸਾਰਾ ਕੁਝ ਦੱਸਣਾ ਕਰੋ ਸੁਨਤ ਹਸਨ ਖਾਨ ਕਰ ਜੁਗ ਜੋਰੈ ਹਜਰਤ ਜੀ ਤੁਮ ਦੇ ਚੜਾਏ ਹੁਣ ਹਸਨ ਖਾਨ ਦੂਤ ਸੀ ਇਹ ਥੋੜਾ ਸਿਆਣਾ ਸੀ ਇਹਨੇ ਹੱਥ ਜੋੜੇ ਕਿੰਨ ਕਾ ਬਾਦਸ਼ਾ ਸਲਾਮਤ ਤੁਸੀਂ ਤੇ ਲਾਹੌਰ ਤੋਂ ਫੌਜ ਭੇਜ ਦਿੱਤੀ ਸੀ ਪੌਚਨ ਤੁਰਤ ਤਗੀਦ ਕਰੀਬ ਹੋ ਲਾ ਬੇਗ ਸੋ ਲਖੀਰ ਜਾਏ ਤੁਸੀਂ ਤਾਂ ਕੀਦ ਕੀਤੀ ਵਾਰਨਿੰਗ ਦਿੱਤੀ ਸੀ ਵੀ ਛੇਤੀ ਨਾਲ ਪਹੁੰਚਣਾ ਤੇ ਛੇਤੀ ਨਾਲ ਘੋੜੇ ਲੈ ਕੇ ਆਣਾ ਤੁਹਾਡੀ ਵਾਰਨਿੰਗ ਨਹੀਂ ਤੁਹਾਡੀ ਕਮਾਂਡ ਨੂੰ ਲੱਲਾ ਬੇਗ ਨੇ ਮੰਨਿਆ ਕਰਿਓ ਕੂਚ ਤੁਰਨ ਹੀ ਗਮਨੇ ਹੋ ਨੈ ਬਿਸ ਰਾਮ ਕੀਨ ਕਿਥ ਠਾਏ ਉਹ ਬੜੀ ਛੇਤੀ ਨਾਲ ਤੁਰ ਪਿਆ ਚਲਦਾਰ ਯਾਰ ਰਾਹ ਵਿੱਚ ਕਿਤੇ ਉਹਨੇ ਵਿਸ਼ਰਾਮ ਨਾ ਕੀਤਾ। ਸ਼ੁਦਤ ਥਕਤ ਲਸ਼ਕਰ ਬੜ ਹੋਵਾ ਥਿਰਿਓ ਨਾ ਤੋ ਗਿਓ ਬਹੁਤ ਆਏ। ਤੇ ਸਿੱਟਾ ਕੀ ਨਿਕਲਿਆ ਵੀ ਫੌਜ ਥੱਕ ਗਈ, ਫੌਜ ਭੁੱਖੀ ਸੀ, ਫੌਜੀਆਂ ਦੀ ਉਹਨੇ ਪ੍ਰਵਾਹ ਨਹੀਂ ਕੀਤੀ। ਤੇ ਜਿਹੜੇ ਫੌਜੀ ਸਨ ਕਿਉਂਕਿ ਛੇਤੀ ਨਾਲ ਫੌਜੀਆਂ ਨੂੰ ਲੈ ਗਿਆ ਦੋ ਦਰਿਆ ਪਾਰ ਕੀਤੇ। ਰਾਹ ਦੇ ਵਿੱਚ ਰਾਤਾਂ ਵੀ ਕਟਣੀਆਂ ਪਈਆਂ। ਉਹਨੇ ਫੌਜੀਆ ਦੇ ਵੱਲ ਕੋਈ ਖਿਆਲ ਨਹੀਂ ਕੀਤਾ ਖਾਣ ਪੀਣ ਦਾ ਆਰਾਮ ਦਾ ਬਸ ਉਹਨਾਂ ਨੂੰ ਕਹਿੰਦਾ ਰਿਹਾ ਚਲਦੇ ਰੋ ਚਲਦੇ ਰਹੋ ਸਬਟ ਸਕਲ ਹੀ ਰਹੇ ਪਕਾਰਤ ਆਗੇ ਕਾਜ ਲਰਨ ਕੋ ਜੰਗ ਯੋਧਿਆਂ ਨੇ ਕਿਹਾ ਵੀ ਅਸੀਂ ਲੜਾਈ ਲੜਨ ਚੱਲਨੇ ਆਂ ਸਰੀਰ ਠੀਕ ਹੋਏਗਾ ਲੜਾਈ ਲੜੀ ਜਾਏਗੀ ਉਹਨਾਂ ਨੇ ਪੁਕਾਰਾਂ ਕੀਤੀਆਂ ਪਰ ਲੱਲਾ ਬੇਗ ਨੇ ਇੱਕ ਵੀ ਗੱਲ ਨਾ ਮੰਨੀ ਮੈਂ ਲਸ਼ਕਰ ਤੇ ਹੋਏ ਪ੍ਰਸਾਰਥ ਮੈਂ ਪੀ ਕਰ ਬਹੁਤ ਤਿੰਨ ਸੰਗ ਤੇ ਮੈਂ ਵੀ ਲੱਲਾ ਬੇਗ ਨੂੰ ਕਿਹਾ ਸੀ ਵੀ ਫੌਜ ਦੇ ਕੋਲੋਂ ਫਿਰ ਕੰਮ ਫਤੇ ਨਹੀਂ ਹੋਣਾ ਮੈਂ ਵੀ ਉਹਨੂੰ ਸਮਝਾਇਆ ਵੀ ਫੌਜ ਨੂੰ ਆਰਾਮ ਚਾਹੀਦਾ ਹੈ ਰੋਟੀ ਚਾਹੀਦੀ ਹੈ ਥੋੜਾ ਜਿਹਾ ਸਰੀਰ ਨੂੰ ਆਰਾਮ ਜ਼ਰੂਰ ਚਾਹੀਦਾ ਹੈ ਮਹਿਮਾਨੀ ਕੈ ਸ਼ਾ ਹੁਕਮ ਇਨ ਤੂਰਨ ਜਹਾਂਸੂਲ ਹੈ ਤਰੰਗ ਪਰ ਉਹਨੇ ਗੱਲ ਨਾ ਮੰਨੀ ਉਹ ਕਹਿੰਦਾ ਵੀ ਬਾਦਸ਼ਾਹ ਦਾ ਹੁਕਮ ਸੀ ਛੇਤੀ ਨਾਲ ਕੋੜੀ ਲੈ ਕੇ ਵਾਪਸ ਆਉਣੇ ਹਨ ਅਰਜ ਰਾਤ ਮਹਿ ਪਹੁੰਚੇ ਚਲਕਰ ਸੁਦ ਲੈ ਗੁਰ ਕੀ ਭੈ ਨਿਸੰਗ ਤੇ ਅੱਧੀ ਰਾਤ ਨੂੰ ਉੱਥੇ ਪਹੁੰਚ ਕੇ ਗੁਰੂ ਦੀ ਜਿਹੜੀ ਖਬਰ ਸੀ ਮਿਲ ਗਈ ਵੀ ਗੁਰੂ ਕਿੱਥੇ ਹੈ ਦੀਦਮਾਮਨ ਦੁਹਰੀ ਚੋਬਨ ਦੇਵ ਜਾਏ ਗੁਰਦਲ ਆਏ ਤੇ ਅੱਧੀ ਰਾਤ ਨੂੰ ਜਾ ਕੇ ਨਗਾਰੇ ਵਜਾ ਦਿੱਤੇ ਉਧਰੋਂ ਗੁਰੂ ਦਾ ਦਲ ਗੁਰੂ ਕੀ ਫੌਜ ਵੀ ਤਿਆਰ ਸੀ ਛੂਟ ਤਤ ਤੀਰ ਤਪਕਤ ਅਰ ਤੋਪਨ ਮਾਰ ਮਾਰ ਕਰ ਰੋਰ ਮਚਾਏ ਤੇ ਤੀਰ ਛੱਲੇ ਗੋਲੀਆਂ ਚੱਲੀਆਂ ਹਨ ਤਿਛਨ ਭਯੋ ਸੀਤ ਤੇ ਐਸੋ ਨੇ ਅੱਗੇ ਹਮ ਦਿਖੁ ਕਦਾਏ ਤੇ ਹੁਣ ਠੰਡ ਸੀ ਹਨੇਰਾ ਸੀ ਅੱਗੇ ਕੁਝ ਨਜ਼ਰ ਨਹੀਂ ਆ ਰਿਆ ਸੀ ਬਲੈਨਾ ਹਾਥਨ ਉਸ ਰਤ ਅੰਗ ਜਿਸ ਭਟਨ ਤੇ ਹਥਿਆਰ ਗਿਰਾਏ ਮੁਗਲ ਸਪਾਹੀਆਂ ਦੇ ਹੱਥ ਖੁੱਲੇ ਨਹੀਂ ਹੈਗੇ ਠੰਡ ਕਰਕੇ ਥਕੇ ਹੋਏ ਸਨ ਤੇ ਹਥਿਆਰ ਉਹਨਾਂ ਦੇ ਕੋਲ ਚੱਲੇ ਨਹੀਂ ਹਥਿਆਰ ਡਿੱਗੀ ਗਏ ਖਤਨ ਹਰੀਫ ਰਹੋ ਕਿਤ ਕੋ ਨਹੀਂ ਸ਼ਸਤਰ ਕਰਪਕਰਿਓ ਜਾਏ ਮਾਰ ਵੈਰੀ ਨੂੰ ਮਾਰਨ ਦਾ ਕੰਮ ਤੇ ਦੂਰ ਰਿਆ ਉਹਨਾਂ ਕੋਲ ਹਥਿਆਰ ਵੀ ਸਹੀ ਢੰਗ ਨਾਲ ਪਕੜਿਆ ਨਾ ਗਿਆ ਜਨ ਰਸ ਰਿਨ ਰੋ ਜੁਰਦੇ ਭਟ ਲੈ ਬਿਆਕਲ ਨਹਿ ਬਨਿਓ ਉਪਾਏ ਮਨੋ ਜਿਸ ਤਰ੍ਹਾਂ ਕਿਸੇ ਨੇ ਰਸੀਆਂ ਨਾਲ ਹੱਥ ਬੰਨ ਦਿੱਤੇ ਹੋਣ ਇਦਾਂ ਦਾ ਹਾਲ ਹੋ ਗਿਆ ਸੀ ਸੂਰਮਿਆਂ ਦਾ ਗੁਰਪਟਹੁਤੇ ਅਗਨ ਸੋਤਾਪਨ ਏਕੇ ਬਾਰ ਪਰੇ ਅਰਰਾਏ ਅੱਗੂ ਗੁਰੂ ਕੇ ਜਿਹੜੇ ਸਿੱਖ ਸਨ ਅਗ ਸੇਕਦੇ ਪਏ ਸਨ ਸਰੀਰ ਠੀਕ ਸਨ ਇੱਕੋ ਵਾਰੀ ਉਹਨਾਂ ਨੇ ਹੱਲਾ ਬੋਲਿਆ ਹੈ ਮਾਰ ਮਾਰ ਬਹੁਤ ਮੁਖਮਾਈ ਤੇਰੇ ਤਰੰਗਮ ਪਾਟ ਸਮੁਦਾਏ ਤੇ ਉਹਨਾਂ ਨੇ ਮੁਗਲਾਂ ਮੁਗਲ ਸਪਾਈਆਂ ਨੂੰ ਮਾਰ ਮਾਰ ਕੇ ਮੁਗਲ ਫੌਜ ਖਤਮ ਕਰ ਦਿੱਤੀ ਘੋੜੇ ਮਾਰ ਦਿੱਤੇ ਬੜੇ ਸਪਾਈ ਮਾਰੇ ਆਪਰ ਏਕ ਬੜ ਅਚਰਜ ਹੋਵਾ ਗੁਰੂ ਕੈਸ ਬਟਨ ਕਰੇ ਪ੍ਰਹਾਰ ਤੇ ਇਕ ਬੜਾ ਹੈਰਾਨੀਜਨਕ ਕੋਤਕ ਵਾਪਰਿਆ ਵੀ ਗੁਰੂ ਕੇ ਸਿੱਖ ਵਾਰ ਤੇ ਵਾਰ ਕਰਦੇ ਸਨ ਗੋਰਨਿਕਸ ਨਿਆਰੇ ਇਕ ਦਿਸਪੈ ਦਹੇ ਹੋਏ ਹੋਏ ਕਰ ਗੋਰਨ ਮਾਰ ਉਹ ਹਮਲਾ ਕਰ ਕੇ ਰਾਤ ਨੂੰ ਚਲੇ ਜਾਂਦੇ ਸਨ ਤੇ ਬਾਅਦ ਵਿੱਚ ਆਪਸ ਦੇ ਵਿੱਚ ਮੁਗਲ ਸਿਪਾਈ ਲੜਦੇ ਸਨ ਇੱਕ ਦੂਸਰੇ ਦੇ ਗੋਲੀਆਂ ਮਾਰਦੇ ਸਨ ਲਖਿਰ ਕੋ ਆਪਸ ਮੈਂ ਕਟਗੇ ਵਿਚਵੈ ਹੇਤ ਨਾ ਕੀਨ ਸੰਭਾਰ ਰਾਤ ਦਾ ਸਮਾਂ ਸੀ ਪਤਾ ਨਹੀਂ ਲੱਗਦਾ ਸੀ ਦੁਸ਼ਮਣ ਕਿਹੜਾ ਸੀ ਇਸ ਕਰਕੇ ਮੁਗਲ ਸਿਪਾਈਆਂ ਨੇ ਆਪਸ ਦੇ ਵਿੱਚ ਕਟਵੱਡ ਬਹੁਤ ਕੀਤੀ ਹੈ ਹੋਰ ਹੋਤ ਲੋ ਤੀਨ ਭਾਗ ਦਲ ਬਿਨ ਮਾਰੇ ਹੀ ਭਏ ਸੰਘਾਰ ਤਿੰਨ ਹਿੱਸੇ ਫੌਜ ਰਾਤ ਨੂੰ ਹੀ ਖਤਮ ਹੋ ਗਈ ਹੈ ਜਦੋਂ ਦਿਨ ਚੜਿਆ ਫਿਰ ਪਤਾ ਲੱਗਾ ਚਰੇ ਦਿਵਸ ਉਮਰਾਵ ਜੀ ਪੰਚੋ ਹੀਰ ਜੰਗ ਕੋ ਪੈ ਹੀਰਾਨ ਚਾਰੇ ਦਿਵਸ ਕੋ ਚਾਰੇ ਦਿਵਸ ਉਮਰਾਵ ਦੇ ਪੰਛੋ ਹੁਣ ਜਿਹੜੇ ਪੰਜ ਜਰਨੈਲ ਸੰਗ ਉਹਨਾਂ ਨੇ ਸਵੇਰ ਹੋਈ ਵੇਖਿਆ ਬੜੇ ਹੈਰਾਨ ਹੋਏ ਹਨ ਸਬਦ ਲੈ ਕਰ ਕੁੰਨੇ ਸੰਮੁਖ ਲਰਨ ਹੇਤ ਬਜਵਾਏ ਨਿਸ਼ਾਨ ਤੇ ਉਹਨਾਂ ਨੇ ਫਿਰ ਜਿਹੜੀ ਬਾਕੀ ਫੌਜ ਰਹਿ ਗਈ ਸੀ ਉਹਨਾਂ ਨੂੰ ਲੈ ਕਰਕੇ ਉਮੜ ਪਏ ਹਨ ਨਗਾਰੇ ਵਜਾਏ ਉਮੜਿਓ ਹਥਿਆਰਨ ਕੋਪ ਕਰੈ ਉੱਤੇ ਭਏ ਗੁਰੂ ਸੰਵਧਾਨ ਜਦੂ ਦਿਨ ਹੋਇਆ ਪੰਜੇ ਜਰਨੈਲਾਂ ਨੇ ਹਮਲਾ ਕੀਤਾ ਹੈ ਹਥਿਆਰਾਂ ਨੂੰ ਪਕੜ ਕੇ ਫੌਜ ਨੂੰ ਲੈ ਕੇ ਪਰ ਦੂਸਰੇ ਪਾਸੇ ਗੁਰੂ ਵੀ ਸਾਵਧਾਨ ਸੀ ਗੁਰੂ ਕੀ ਫੌਜ ਵੀ ਤਿਆਰ ਬਰ ਤਿਆਰ ਸੀ ਸੇਖਨ ਭਾਕ ਸਮਾਨਕ ਨੇਰੋ ਕਾਲ ਕਾਲ ਘਾਵਨ ਕਰਹਾਨ ਤਿਕਾ ਸਮਾਨ ਦਾ ਯੁੱਧ ਮੱਚਿਆ ਹੈ ਤੇ ਇਧਰ ਮੁਸ਼ੱਕਤ ਤੇ ਬੜੀ ਘਾਲੀ ਹੈ ਪਰ ਉਧਰੋਂ ਗੁਰੂ ਕੇ ਸਿੱਖਾਂ ਨੇ ਮੁਗਲ ਫੌਜਾਂ ਦੀ ਬੜੀ ਹਾਨੀ ਕੀਤੀ ਹੜਕ ਪ੍ਰਹਾਰ ਗੁਰੂ ਕੈ ਮਾਰਿਓ ਬਲੀ ਕਾਬਲੀ ਬੇਗ ਮਹਾਨ ਸਤਗੁਰਾਂ ਨੇ ਕਾਬਲੀ ਬੇਗ ਨੂੰ ਖਤਮ ਕੀਤਾ ਜੋ ਬਹੁਤ ਮਹਾਨ ਯੋद्धा ਸੀ ਤਨਕ ਜ਼ਖਮ ਗੁਰੂ ਕੇ ਤਨ ਲਾਗਿਓ ਨਹਿ ਮਾਨਿਓ ਤਮਹੀ ਸਬਧਾਨ ਗੁਰੂ ਦੇ ਮਾੜਾ ਜੇ ਜ਼ਖਮ ਹੋਇਆ ਪਰ ਗੁਰੂ ਨੇ ਜ਼ਖਮ ਦੀ ਪਰਵਾਹ ਨਹੀਂ ਕੀਤੀ ਗੁਰੂ ਸਾਹਿਬ ਨਾਲ ਹੀ ਸਾਵਧਾਨ ਹੋਗੇ ਲਲਾ ਬੇਗ ਸੋ ਜੰਗ ਪਰਿਓ ਪੁਨ ਅਸਲ ਗਵਾਨ ਚਪਲ ਬਲਵਾਨ ਫਿਰ ਸਤਗੁਰਾਂ ਦੀ ਜਿਹੜੀ ਲੜਾਈ ਲੱਲਾ ਬੇਗ ਦੇ ਨਾਲ ਹੋਈ ਹੈ ਸਤਗੁਰਾਂ ਦੇ ਕੋਲ ਗੁਲਬਾਗ ਘੋੜਾ ਸੀ ਗੁਰੂ ਤਰਤੇ ਮਿੱਤਰ ਕ ਪਇਓ ਤਬ ਲਗੇ ਸ਼ਸਤਰ ਬਹੁਤ ਆਗੇ ਪਾਨ ਤੇ ਗੁਲਬਾਗ ਘੋੜਾ ਜ਼ਖਮੀ ਹੋ ਗਿਆ ਅੰਤ ਵਿੱਚ ਮਾਰਿਆ ਗਿਆ ਕਿਉਂਕਿ ਉਹਨੂੰ ਸ਼ਸਤਰ ਬਹੁਤ ਲੱਗੇ ਸਨ ਉਹਨੇ ਪ੍ਰਾਣ ਤਿਆਗ ਦਿੱਤੇ ਇਸ ਕਰ ਗੁਰੂ ਤਬ ਲੱਲਾ ਬੇਕ ਕੋ ਕਰੇ ਸੰਘਾਰ ਨ ਗਹ ਤਰਵਾਰ ਫਿਰ ਪੈਦਲ ਲੜਾਈ ਹੋਈ ਸਤਗੁਰਾਂ ਨੇ ਜੋਸ਼ ਵਿਚ ਆ ਕੇ ਲੱਲਾ ਬੇਗ ਨੂੰ ਮਾਰ ਦਿੱਤਾ ਚਤਰ ਸ਼ਸਤਰ ਗੁਰੂ ਦਹਿਮਤੇ द्याਵਸ ਸੈ ਸਭ ਭਏ ਸੰਗਾਰ 4000 ਦੀ ਫੌਜ ਸੀ ਤੇ ਕੁਝ ਸੈਂਕੜੇ ਹੀ ਸ਼ਹੀਦ ਹੋਏ ਹਨ। ਨਿੰਬਨ ਨੀਤ ਆਪ ਕੋ ਲਸ਼ਕਰ ਮਰਿਓ ਸਰਬਹੀਲੇ ਕਰ ਹਾਰ। ਪਰ ਇਧਰ ਜਿਹੜੀ ਫੌਜ ਸੀ ਹਜ਼ਾਰਾਂ ਦੀ ਮਾਰੀ ਗਈ ਹੈ। ਹੁਣ ਨੀਤੀ ਨਹੀਂ ਸੀ ਬਿਨਾ ਨੀਤੀ ਤੂੰ ਹਾਰ ਪੱਲੇ ਪਈ ਹੈ ਫੌਜ ਮਾਰੀ ਗਈ। ਸੁਪਤ ਪਰੈ ਰਣਖੇਤ ਵਿਖੈ ਸਭ ਬਚੇ ਸੰਗਮੰਸੋ ਅਸਵਾਰ। ਤੇ ਸੁਪਤ ਪਰੇ ਹੁਣ ਸੂਰਮੇ ਮੈਦਾਨੇ ਜੰਗ ਵਿੱਚ ਸੁੱਤੇ ਪਏ ਹਨ ਜਿਹੜੇ ਸੋ ਸਵਾਰ ਬੱਚੇ ਹਨ ਉਹ ਮੇਰੇ ਨਾਲ ਆਏ ਹਨ ਸ਼ਾਜਹਾਂ ਸੁਣ ਬਿਸਮਿਹਵੈ ਕਰ ਰਜੈ ਉਖਾਦ ਅਧਿਕ ਉਪਜਾਏ ਸ਼ਾਜਹਾਂ ਬੜਾ ਹੈਰਾਨ ਹੋਇਆ ਹੈ ਹਿਰਦੇ ਵਿੱਚ ਉਹਨੂੰ ਬੜਾ ਦੁੱਖ ਹੋਇਆ ਹੈ ਕਹਾਂ ਕਹਿਰ ਗੁਜ਼ਰਿਓ ਤਿੰਨ ਸਿਰ ਪਰ ਬੜੇ ਖਾਬਤ ਹੋ ਤੇਜਨਾਏ ਕਿਨਗ ਕੀ ਕਹਿਰ ਗੁਸਰਿਆ ਹੈ ਵੱਡੇ ਵੱਡੇ ਯੋਧੇ ਸਨ ਕਹਿੰਦੇ ਕੋ ਹੁੰਦੇ ਯੁੱਧੇ ਸਨ ਪਰ ਮਾਰੇ ਗਏ ਹਨ ਰਾਜਨੀਤਨ ਹੈ ਚਤੁਰਬਖਾਨਤ ਜਨਤ ਸ਼ਕਲ ਜੰਕੋਦਾਏ ਰਾਜਨੀਤੀ ਉਹਨਾਂ ਨੂੰ ਬੜੀ ਪਤਾ ਸੀ ਲੜਾਈ ਦੇ ਦਾਹ ਪੇਚ ਬਹੁਤ ਹੀ ਪਤਾ ਸਨ ਕੁਛ ਨੈ ਸਰਿਓ ਨਾ ਕਰਿਓ ਜਿ ਕੋ ਮਰਿਓ ਤੁਰਤ ਹੀ ਅਰ ਅਗਵਾਏ ਕੋਈ ਵੀ ਕੰਮ ਨਹੀਂ ਬਣਿਆ ਤਾਕਤ ਬੜੀ ਸੀ ਤੇ ਛੇਤੀ ਦੇ ਨਾਲ ਮਾਰੇ ਗਏ ਕਹਿਤ ਹਸਨ ਖਾਨ ਆ ਮਹਿਰਣ ਮੈਂ ਹਟ ਕਰ ਮਰਿਓ ਕਰਤ ਹੰਕਾਰ ਹਸਨ ਖਾਨ ਕਹਿੰਦਾ ਵੀ ਉਹ ਆਪਣੇ ਹੰਕਾਰ ਕਰਕੇ ਹਟ ਕਰਕੇ ਮਰੇ ਹਨ ਰਾਜਨੀਤ ਅਰਦਾਬ ਜੰਗ ਕੈ ਲਸ਼ਕਰ ਸਭ ਕੀ ਕਰਨ ਸੰਭਾਰ ਵੀ ਲੜਾਈ ਦੇ ਵਿੱਚ ਰਾਜਨੀਤੀ ਵੀ ਚਲਦੀ ਹੈ ਦਾ ਵੀ ਚਲਦੇ ਨੇ ਫੌਜ ਦੀ ਸੰਭਾਲ ਕਰਨੀ ਵੀ ਇਹ ਸਾਰੀਆਂ ਗੱਲਾਂ ਨੂੰ ਮਾਇਨੇ ਭਾਵ ਖਿਆਲ ਖਿਆਲ ਦੇ ਵਿੱਚ ਰੱਖਣਾ ਪੈਂਦਾ ਹੈ ਇਤਿਆਜਿਕ ਮਾਤ ਸੁਰਤ ਵਿਸਾਰੇ ਮੁਜੇ ਆਦਿਕ ਬਹੁਰਾ ਪੇ ਪੁਕਾਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਸੁਰਤ ਵਿਸਾਰ ਦਿੱਤੀ ਸੀ ਮਦ ਹੋਸ਼ ਹੋ ਗਏ ਸੰਹਾਰ ਪੱਲੇ ਪਈ ਨਹਿ ਜਾਣੀ ਨਹਿ ਮਾਨੀ ਕਿਸਕੇ ਕਰਹਾਨੀ ਮੂਰਖਤਾ ਧਾਰ ਕਿਸੇ ਦੀ ਗੱਲ ਨਹੀਂ ਸੁਣੀ ਕਿਸੇ ਦੀ ਗੱਲ ਨਹੀਂ ਮੰਨੀ ਮੂਰਖਤਾ ਧਾਰਨ ਕੀਤੀ ਮੇਰੋ ਅਜਿਕ ਨਾਦਰਕੀਨਾ ਪੁਨ ਕਹਿਬੋ ਸਭ ਤੇ ਤਜਦੀਨ ਤੇ ਜਦੋਂ ਮੈਂ ਸੂਈਆ ਸੀ ਖਬਰ ਲੈ ਕੇ ਜਦੋਂ ਵਾਪਸ ਮੁਗਲਾਂ ਕੋਲ ਪੁੰਛਿਆ ਮੇਰੀ ਬੇਇੱਜ਼ਤੀ ਕੀਤੀ ਮੈਨੂੰ ਤਜ ਦਿੱਤਾ ਮੈਨੂੰ ਛੱਡ ਦਿੱਤਾ ਦੇਖ ਤ ਹਮਰੈ ਸਗਲ ਸੰਘਾਰੈ ਮਨੋ ਕਿਸੂਨੇ ਬੰਦਨ ਕੀਨ ਮੇਰੇ ਦੇਖਦਿਆਂ ਦੇਖਦਿਆਂ ਉਹਨਾਂ ਦਾ ਬੜਾ ਸੰਘਾਰ ਹੋਇਆ ਹੈ ਮਾਨੋ ਕਿਸੇ ਨੇ ਉਹਨਾਂ ਨੂੰ ਬੰਦਨ ਦੇ ਵਿੱਚ ਪਾ ਦਿੱਤਾ ਸੀ ਉਹ ਸੀ ਉਹਨਾਂ ਦਾ ਹੰਕਾਰ ਨਸਮਹਿ ਸੀਤ ਸਮੂਹ ਲਗੈ ਤੇ ਪਿੰਗਲ ਲਵਨ ਕੇ ਸਮਚਿਨ ਹੁਣ ਮੁਗਲ ਸਿਪਾਈ ਠੰਡ ਦੇ ਕਰਕੇ ਮਨ ਉਹ ਪਿੰਗਲੇ ਹੋ ਗਏ ਸਨ ਸਰੀਰ ਉਹਨਾਂ ਦਾ ਬਿਲਕੁਲ ਨਹੀਂ ਚੱਲਦਾ ਸੀ ਜਿਨ ਮੈਂ ਕਰ ਪ੍ਰਸਾਰਥ ਮਾਰੇ ਇਮ ਗੁਰ ਫਤਿਹ ਸੁਗਮ ਹੀ ਲੀਨ ਤਰੇ ਹਿੱਸੇ ਰਾਤ ਨੂੰ ਖਤਮ ਹੋ ਗਈ ਸੀ ਫੌਜ ਤੇ ਚੌਥਾ ਹਿੱਸਾ ਸਤਗੁਰਾਂ ਨੇ ਦਿਨ ਵੇਲੇ ਖਤਮ ਕਰਕੇ ਫਤਿਹ ਪ੍ਰਾਪਤ ਕੀਤੀ ਸੁਨ ਤਬਜ਼ੀਰ ਖਾਨ ਗੁਰਸਿੱਖ ਕਹੈ ਕਈ ਵਾਰ ਪਤਿਆਰੋ ਲੀਨ ਹੁਣ ਇੱਥੇ ਗੁਰੂ ਕਾ ਸਿੱਖ ਵਜ਼ੀਰ ਖਾਨ ਇੱਕਦਮ ਉੱਠ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਪਹਿਲਾਂ ਵੀ ਪਤਿਆਇਆ ਇਕ ਗੁਰੂ ਨਾਨਕ ਦਾ ਘਰ ਬਹੁਤ ਕਲਾਵਾਨ ਹੈ। ਰਾਮਾਤ ਕਾਮਲ ਬਡ ਗੁਰ ਘਰ ਸ੍ਰੀ ਨਾਨਕ ਜੀ ਪਰਮ ਪਰਵੀਨ ਗੁਰੂ ਨਾਨਕ ਸਾਹਿਬ ਜੀ ਕਾਮਲ ਹਨ ਗੁਰੂ ਨਾਨਕ ਸਾਹਿਬ ਜੀ ਪਰਮ ਹਨ ਪਰਵੀਨ ਹਨ। ਵੀਰਨ ਪੀਰ ਭਏ ਜਗਜਾਹਰ ਅਰੇ ਸੁਹਾਰੇ ਸਭ ਤੇ ਚੀਨ। ਪੀਰਾਂ ਦੇ ਪੀਰ ਨੇ ਗੁਰੂ ਨਾਨਕ ਸਾਹਿਬ ਤੇ ਜਿਹੜਾ ਵੀ ਗੁਰੂ ਨਾਨਕ ਦੇ ਘਰ ਦੇ ਨਾਲ ਅੜਿਆ ਹੈ ਉਹਦੀ ਹਾਰ ਹੀ ਹੋਈ ਹੈ। ਆਪ ਵਿਚਾਰ ਕਰਿ ਉਚਿਤ ਮਹਨਹਿ ਮਤ ਮੈਂ ਆਵ ਹੈ ਕਿਆ ਕੀਨ। ਤੁਸੀਂ ਇਹ ਗੱਲ ਦੀ ਵਿਚਾਰ ਕਰ ਕਰੋ ਨਹਿਮਤ ਮੈਂ ਆਵੇ ਕਿਆਕੀਨ ਵੀ ਸੋਚੋ ਸਾਡੇ ਨਾਲ ਕੀ ਹੋਇਆ ਇਨੀ ਫੌਜ ਸੀ ਤਾਂ ਵੀ ਹਾਰ ਪੱਲੇ ਪਈ ਹੈ ਨਹਿ ਰੁੜਬੋ ਤੁਮ ਕੋ ਪਾਇਸ ਰੁਜੀ ਜਾਨ ਕਾਜੀ ਕੋ ਦੀਨ ਪਹਿਲਾਂ ਸਾਡੇ ਬੰਦਿਆਂ ਨੇ ਪੰਗਾ ਲਿਆ ਜਿਹੜਾ ਲਾਹੌਰ ਦਾ ਕਾਜ਼ੀ ਸੀ ਤੇ ਉਹਨੇ ਕੀ ਕੀਤਾ ਉਹ ਬਿਮਾਰ ਹੋ ਗਿਆ ਸੀ ਕਿਉਂਕਿ ੱੱੱਕੇ ਨਾਲ ਘੋੜਾ ਖੋਇਆ ਸੀ ਉਹਨੇ ਕਰਮ ਇਸ ਮੋਲ ਗੁਰੂ ਪਲਨੀਨਸ ਭਇਓ ਅਰਜ ਸਭ ਲਖਿਓ ਪਰਵੀਨ ਪਹਿਲਾਂ ਕਾਜ਼ੀ ਵਾਲਾ ਮਸਲਾ ਹੋਇਆ ਸੀ ਉਸ ਤੋਂ ਬਾਅਦ ਕਰ ਮਿਸਮੋਲ ਗੁਰੂ ਪੁਨ ਲੀਨਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਲ ਦੇ ਕੇ ਘੋੜਾ ਲੈ ਲਿਆ ਸੀ ਜਿਹੜਾ ਘੋੜਾ ਕਾਸੀ ਨੇ ਲਿਆ ਸੀ ਬਿਮਾਰ ਹੋ ਗਿਆ ਸੀ ਸਤਗੁਰਾਂ ਨੇ ਲੈ ਲਿਆ ਸੀ ਉਹਨੂੰ ਮੋਲ ਦੇ ਕੇ ਬਾਜ ਹੀਤ ਰਣਕਾਲ ਕਨੇਰ ਮੁਗਲਸ ਖਾਨ ਪ੍ਰਾਂਤਹੀਨ ਭਾਵ ਧੱਕੇ ਨਾਲ ਘੋੜਾ ਖੋਇਆ ਸੀ ਉਹ ਵਾਪਸ ਗੁਰੂ ਕੋਲ ਚਲਾ ਗਿਆ ਫਿਰ ਉਸ ਤੋਂ ਬਾਅਦ ਬਾਸ ਦੇ ਕਰਕੇ ਪਹਿਲੀ ਜਿਹੜੀ ਲੜਾਈ ਹੋਈ ਸੀ ਮਖਲਸ ਖਾਨ ਨੂੰ ਆਪਣੀ jaan ਤੋਂ ਹੱਥ ਧੋਣੇ ਪਏ ਸਨ ਬੋਹਰ ਜਲੰਧਰ ਕੋਬੜ ਸੂਬਾ ਅਬਦਲ ਖਾਨ ਰਿਓ ਮ੍ਰਿਤਕੀਨ ਦੂਸਰੀ ਲੜਾਈ ਜਲੰਧਰ ਦਾ ਸੂਬੇਦਾਰ ਫੌਜ ਲੈ ਕੇ ਗਿਆ ਸੀ ਉਹਦੀ ਮੌਤ ਹੋਈ ਸੀ ਆਬ ਤਰੰਕੀ ਕਿਆ ਕਿਆ ਬਾਤੀ ਲਸ਼ਕਰ ਆਬਰ ਦਿਉ ਪਠਾਏ ਹੁਣ ਤੀਸਰੀ ਲੜਾਈ ਘੋੜਿਆਂ ਦੇ ਕਰਕੇ ਹੋਈ ਤੁਹਾਡੇ ਕੋਲ ਘੋੜੇ ਕੱਟਨੇ ਪਰ ਤੁਸੀਂ ਫੌਜ ਚੜਾ ਦਿੱਤੀ ਸੀਤ ਪਾਏ ਸ਼ਕਲਹੀ ਮਾਰੇ ਬਚੋ ਨਾ ਕੋ ਭਟ ਹਟ ਕਰ ਆਏ ਠੰਡ ਕਰਕੇ ਮਾਰੇਗੇ ਦੇਖੋ ਜਿੰਨੀ ਹਜ਼ਾਰਾਂ ਗਿਣਤੀ ਵਿੱਚ ਗਈ ਸੀ ਕੇਵਲ 100 ਸਿਪਾਈ ਬਚ ਕੇ ਆਇਆ ਚਤਰ ਸਸਰ ਬਾਹਣੀ ਗੁਰਸੰਗ ਤੁਮਰੀ ਅਨਗਨ ਦੇਖ ਪਾਏ 4000 ਦੀ ਗੁਰੂ ਦੇ ਕੋਲ ਫੌਜ ਸੀ ਗੁਰੂ ਨੇ ਸਾਰੀ ਖਪਾ ਦਿੱਤੀ ਏਕ ਬਾ ਕੇ ਰਹੇ ਕਰੇ ਸਭ ਜਿਮ ਚਾਹਤ ਗੁਰ ਲੈ ਬਣਾਏ 4000 ਦੀ ਫੌਜ ਸੀ 4000 ਦੀ ਫੌਜ ਦੇ ਨਾਲ ਗੁਰੂ ਨੇ ਮੁਗਲਾਂ ਦੀ ਫੌਜ ਖਪਾ ਦਿੱਤੀ ਕਿਉਂ ਕਿਉਂਕਿ ਗੁਰੂ ਸਮਰੱਥ ਹੈ ਜੋ ਗੁਰੂ ਕਹਿੰਦਾ ਹੈ ਉਹ ਕਰਦਾ ਹੈ ਕੇਮ ਸਮਤਾ 300 ਬਣ ਆਵੇ ਕਿਉ ਨ ਵਿਚਾਰਤ ਹੋ ਮਨ ਲਾਏ ਤੁਸੀਂ ਮਨ ਵਿੱਚ ਕਿਉ ਨਹੀਂ ਵਿਚਾਰਦੇ ਗੁਰੂ ਦੀ ਬਰਾਬਰੀ ਨਹੀਂ ਹੋ ਸਕਦੀ ਅਪਣ ਬਡਨ ਕੀ ਰਖਿਓ ਮਿਜਰਾਦਾ ਜਿਨ ਆਗੇ ਤਨ ਸੀਸ ਨਵਾਏ ਵੱਡਿਆਂ ਦੀ ਮਰਿਆਦਾ ਵੇਖੋ ਤੁਹਾਡਾ ਅਕਬਰ ਬਾਦਸ਼ਾਹ ਹੋਇਆ ਉਹਨੇ ਸੀਸ ਨਵਾਇਆ ਸੀ ਗੁਰੂ ਅਮਰਦਾਸ ਸਾਹਿਬ ਦੇ ਅੱਗੇ ਤੁਹਾਡਾ ਵੀ ਸੀਸ ਨਵਾਉਣਾ ਬਣਦਾ ਹੈ। ਤੁਮਹੀ ਤੁਮ ਹੋ ਚਹੀਤ ਹਜਰਤ ਜੇ ਨਾ ਕਰਿਓ ਕਾਰਜ ਵਿਗਰਾਏ। ਤੇ ਜੇ ਤੁਸੀਂ ਤੁਹਾਨੂੰ ਨਿਭਣਾ ਚਾਹੀਦਾ ਗੁਰੂ ਘਰ ਦੇ ਨਾਲ ਜੇ ਨਹੀਂ ਨਿਭੋਗੇ ਕਾਰਜ ਵਿਗੜ ਜਾਣਗੇ। ਸਿਹੀ ਤੇ ਚੜਨ ਲੱਗਿਆ ਜਬ ਮੈਂ ਤੁਮ ਕੋ ਰਾਖੇ ਓੜਕਾਏ। ਸਭ ਤੁਸੀਂ ਤੋਪਾਂ ਲੈ ਕੇ ਜਾਣ ਲੱਗੇ ਸੀ ਪਰ ਮੈਂ ਤੁਹਾਨੂੰ ਰੋਕਿਆ। ਤੋਹ ਬੜਨ ਜਿਨ ਤੇ ਲੈ ਬਖਸ਼ਿਸ਼ ਰਾਜ ਕਰਿਓ ਸਭ ਦੇਸ਼ ਵਿਦੇਸ਼। ਅਕਬਰ ਵਰਗਿਆਂ ਨੇ ਗੁਰੂ ਸਹਿਬਾਨਾ ਤੂੰ ਬਖਸ਼ਿਸ਼ ਲਈ ਹੈ ਚਾਹੀਦਾ ਹੈ ਵੀ ਗੁਰੂ ਘਰ ਦੇ ਨਾਲ ਮੱਥਾ ਨਾ ਲਾਇਆ ਜਾਏ ਮੱਥੇ ਨੋ ਟੇਕਿਆ ਜਾਏ ਤਿੰਕੇ ਸੰਗ ਜੰਗ ਤੁਮ ਠਾਨ ਉਚਿਤ ਨਹੀਂ ਮਨ ਅਲਖ ਵਿਸ਼ੇਸ਼ ਅਕਬਰ ਵਰਗਿਆਂ ਨੇ ਸਤਕਾਰ ਕੀਤਾ ਉਸ ਘਰ ਦੇ ਨਾਲ ਲੜਾਈ ਕਰਨੀ ਤੁਹਾਡੀ ਬੰਦੀ ਨਹੀਂ ਇਸ ਗੱਲ ਨੂੰ ਮਨ ਦੇ ਵਿੱਚ ਵਿਚਾਰ ਕਰੋ ਬਾਜ ਬਾਜ ਕੀ ਕਹਾ ਬਤੀ ਥੀ ਤੁਮ ਕੋ ਪ੍ਰਾਪਤ ਅਨੇਕ ਮਹੇਸ਼ ਬਾਜ ਤੇ ਘੋੜੇ ਦੀ ਕੀ ਗੱਲ ਹੈ ਤੁਹਾਡੇ ਕੋਲ ਅਨੇਕਾਂ ਇਦਾਂ ਦੀਆਂ ਚੀਜ਼ਾਂ ਹਨ ਮਹਿ ਵਿਰੋਧ ਕਰ ਬੋ ਬਣ ਆਵੇ ਸਮਝੋ ਹਜਰਤ ਸਮਤ ਅਸ਼ੇਸ਼ ਗੁਰੂ ਘਰ ਦਾ ਵਿਰੋਧ ਕਰਨਾ ਨਹੀਂ ਬਣਦਾ ਬਾਦਸ਼ਾ ਸਲਾਮਤ ਇਸ ਗੱਲ ਨੂੰ ਸਮਝ ਨਾ ਕਰੋ ਸੁਨ ਕਰੇ ਸ਼ਾਜ ਹਾ ਆਤਮ ਤੂਸ਼ਨ ਰਿਦੈ ਵਿਚਾਰਨ ਰੇਸ ਤਜ ਦੀਨ ਬਾਦਸ਼ਾ ਚੁੱਪ ਹੋ ਗਿਆ ਤੇ ਗੁੱਸੇ ਨਾਲ ਭਰਿਆ ਸੀ ਉਹਦਾ ਗੁੱਸਾ ਮਠਾ ਹੋ ਗਿਆ ਹੈ। ਤਿਸੋ ਲਰ ਕਰ ਫਤਿਹ ਪ੍ਰਾਪਤ ਭਈ ਹਾਰ ਰਣ ਭਾ ਥਲ ਤੀਨ। ਤੇ ਹੁਣ ਇਹਨੇ ਵੇਖਿਆ ਵੀ ਲੜਾਈ ਕਰਕੇ ਫਤਿਹ ਉਹਨਾਂ ਦੀ ਹੋਈ ਹੈ ਸਾਡੀ ਹਾਰ ਹੋਈ ਹੈ। ਮਨ ਕਰ ਸੁਧ ਗੁਰੂ ਕੀ ਦਿਸ਼ਤੇ ਅਬ ਨਹਿ ਨਰੋ ਭਲੀ ਬਿਦ ਚੀਨਾ। ਮਨ ਬਣਾਇਆ ਵੀ ਹੁਣ ਮੈਂ ਗੁਰੂ ਸਾਹਿਬ ਦੇ ਨਾਂ ਨਹੀਂ ਲੜਾਂਗਾ। ਕੇਤਕ ਦੇਰ ਮਹਿ ਕਰਮੁਖ ਤੁਚ ਹਸਨ ਖਾਨ ਇਸ ਦੇਖਣ ਕੀਨਾ। ਤੇ ਹੁਣ ਕੁਝ ਕੁ ਦੇਰ ਛੁਪ ਰਿਹਾ ਹੈ ਫਿਰ ਹਸਨ ਖਾਨ ਦੇ ਵੱਲ ਵੇਖਣਾ ਕੀਤਾ ਹੈ ਬਹਿਰ ਸਲਾਬਤ ਖਾਨ ਬਖਾਨੀ ਸੋਤ ਜੋ ਤਿਲ ਲਲਾ ਬੇਗ ਭਾਕਾਤ ਸਲਾਬਤ ਖਾਨ ਕਹਿੰਦਾ ਜੀ ਲੱਲਾ ਬੇਗ ਕਾਬਲ ਦਾ ਸੂਬੇਦਾਰ ਮਾਰਿਆ ਜਾ ਚੁੱਕਾ ਹੈ ਅਬ ਕਾਬਲ ਜੇ ਸੂਬਾ ਕਰਕੇ ਪਠੋ ਕਿਸੇ ਕੋ ਸਾਹ ਬੈ ਜਾਤ ਤੇ ਹੁਣ ਕਾਬਲ ਦਾ ਸੂਬੇਦਾਰ ਜਿਹੜਾ ਕੌਣ ਬਣੇਗਾ ਕਿਸੇ ਨੂੰ ਕਾਬਲ ਦਾ ਸੂਬੇਦਾਰ ਬਣਾਵੋ ਦਾਨਸਵੰਦ ਬਿਲਾੰਦ ਪਛਾਨੋ ਜੋ ਨਹ ਹੋਣ ਦੇਹ ਉਤਪਾਤ ਸਿਆਣਾ ਬੰਦਾ ਵੇ ਜੇ ਲੜਾਈ ਨਾ ਹੋਣ ਦੇਵੇ ਦੇ ਸਿਰਵ ਪਾਉ سپਰਦ ਕਰੋ ਹਤ ਉਚਤਾਨ ਚੇਤ ਵਿਚਾਰੋ ਬਾਤ ਉਹਨੂੰ ਸਿਰਵ ਪਾਉ ਦੇ ਕਰਕੇ ਕਾਬਲ ਸ਼ਹਿਰ ਦੀ ਸੂਬੇਦਾਰੀ ਦਵੋ ਸਾਧਗੁਰੂ ਮਨ ਫੇਰਿਓ ਤਿਸ ਛਿਨ ਮੈਂ ਹਸਨ ਖਾਨ ਕੋ ਬਖਤ ਸੁਨਾਏ ਤੇ ਹੁਣ ਗੁਰੂ ਸਾਹਿਬ ਨੇ ਭੇਜਿਆ ਸੀ ਹੁਣ ਜਿਸ ਹਿਸਾਬ ਨਾਲ ਗੱਲ ਨੂੰ ਪ੍ਰੈਜੈਂਟ ਕੀਤਾ ਸਾਮਨੇ ਜਿਹੜਾ ਹੈ ਬਾਦਸ਼ਾਹ ਦੀ ਹਸਨ ਖਾਨ ਖੜਿਆ ਹੈ ਅਨਿਆਛੀ ਬੋਬਾਤ ਬਖਾਨੀ ਦਾਨਸਵੰਦ ਬਿਲੰਦ ਖਖਾਏ ਸਾਮਨੇ ਖੜਾ ਹਸਨ ਖਾਨ ਬਾਦਸ਼ਾਹ ਕਹਿੰਦਾ ਇਹ ਬੰਦਾ ਬੜਾ ਸਿਆਣਾ ਹੈ ਇਹਨੇ ਗੱਲਾਂ ਚੰਗੀਆਂ ਕੀਤੀਆਂ ਹਨ ਸਿਰੋਪਾਇ ਦੇ ਤਿੰਤ ਤੋ ਭੇਜੇ ਇਸ ਪ੍ਰਕਾਰ ਮੇਰੇ ਮਨ ਆਏ ਇਹਨੂੰ ਸਿਰੋਪਾਓ ਦੇ ਕੇ ਭੇਜ ਦਵੋ ਕਾਬਲ ਸ਼ਹਿਰ ਦਾ ਇਹਨੂੰ ਸੂਬੇਦਾਰ ਬਣਾਵੋ ਸੁਨਤ ਵਜ਼ੀਰ ਖਾਨ ਕਹਿਆ ਛੀ ਮਨਸਬ ਦੇਕਰ ਦੇਹ ਪਠਾਏ ਵਜ਼ੀਰ ਖਾਨ ਕਹਿੰਨਗਾ ਤੂੰ ਬੜੀ ਚੰਗੀ ਗੱਲ ਕੀਤੀ ਹੈ ਗੋਹਰਾ ਸੁਨਤ ਸਲਾਬਦ ਖਾਨ ਤਬ ਉਚਿਤ ਕਰੀ ਤਤਕਾਲ ਤੇ ਸਲਾਬਦ ਖਾਨ ਨੇ ਸਿਰਉ ਪਾਉ ਛੇਤੀ ਨਾਲੋਂ ਦੇ ਗਲ ਵਿੱਚ ਪਾ ਦਿੱਤਾ ਹੈ ਕਾਬਲ ਕੋ ਸੂਬਾ ਭਿਓ ਲੈ ਦਲ ਗਿਓ ਵਿਸਾਲ ਹਸਨ ਖਾਨ ਕਾਬਲ ਦਾ ਸੂਬੇਦਾਰ ਬਣਿਆ ਹੈ ਸ੍ਰੀ ਸਤਗੁਰੂ ਕੀ ਕਿਰਪਾ ਤੇ ਪਾਏ ਸਮਾਜ ਵਿਸਾਲ ਗੁਰੂ ਕੀ ਕਿਰਪਾ ਦੇ ਨਾਲ ਗੁਰੂ ਦੀ ਰਹਿਮਤ ਨਾਲ ਉਹਨੂੰ ਉਹ ਜਿਹੜਾ ਸੂਬੇਦਾਰੀ ਸੀ ਜਿਹੜੀ ਕਾਬਲਤੀ ਮਿਲ ਗਈ ਹੈ ਅਸਨਖਾਨ ਸੂਬਾ ਭਿਓ ਸ਼ਰਨ ਪਰੇ ਸੂ ਨਿਹਾਲ ਗੁਰੂ ਦੀ ਸ਼ਰਨ ਵਿੱਚ ਆਇਆ ਸੀ ਤੇ ਨਿਹਾਲ ਹੋ ਗਿਆ ਹੈ ਸੋ ਇੱਥੇ ਤੀਸਰੀ ਜੰਗ ਦੀ ਸਮਾਪਤੀ ਹੈ ਆਪ ਜੀ ਨੇ ਸਤਿਗੁਰਾਂ ਦਾ ਇਤਿਹਾਸ ਸਰਵਨ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਿੰਨ ਜੰਗਾਂ ਦੀ ਕਥਾ ਆਪ ਜੀ ਨੇ ਸਰਵਨ ਕੀਤੀ ਪੰਮੇ ਪਾਤਸ਼ਾਹ ਦਾ ਸਾਰਾ ਇਤਿਹਾਸ ਛੇਵੇਂ ਪਾਤਸ਼ਾਹ ਜੀ ਦੀਆਂ ਤਿੰਨ ਜੰਗਾਂ ਸਰਵਨ ਕੀਤੀਆਂ ਹਨ ਸਤਿਗੁਰ ਕਿਰਪਾ ਕਰਨ ਜਿੰਨਾ ਇਤਿਹਾਸ ਅਸੀਂ ਸਰਵਨ ਕੀਤਾ ਹੈ ਯਤਨ ਕਰੀਏ ਇਹਨੂੰ ਜੀਵਨ ਦੇ ਵਿੱਚ ਵਸਾਈਏ ਸਿੱਖਿਆ ਲਈਏ ਸੋ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹੁਣ ਐਤਵਾਰ ਨੂੰ ਲੈਕਚਰ ਹੋਇਆ ਕਰੇਗਾ ਸੋ ਜੋ ਸਤਿਗੁਰੂ ਨੂੰ ਪਾਉਂਦਾ ਹੈ ਜਿੰਨੀ ਵੀ ਕਥਾ ਆਪਾਂ ਨੇ ਕੀਤੀ ਹੈ ਰਲ ਮਿਲ ਕੇ ਸਤਿਗੁਰੂ ਮਿਹਰ ਕਰਨ ਇਤਿਹਾਸ ਦਾ ਭਾਵ ਸਾਡੇ ਹਿਰਦੇ 'ਚ ਵਸਾਉਣਾ ਇੱਥੇ ਹੀ ਸਮਾਪਤੀ ਹੈ ਗੁਰ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ ਅਨਜਾਨ ਦਾ ਸ੍ਰੀ ਜਾਨ ਕੀ ਮਾਫ ਕਰਨੀਆਂ ਜੀ ਭੁਲਾਂ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ